ਸਤਿ ਸ਼੍ਰੀ ਅਕਾਲ, ਮੈਂ ਅਮ੍ਰਿਤ ਵਰਦੀ ਤੇ ਜਸ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਖਾਸ ਅਤੇ ਵਿਲੱਖਣ ਸ਼ੋਅ ਪੰਜਾਬ ਬੋਲਦਾ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਅਸੀਂ ਇੱਕ ਨਵੇਂ ਵਿਸ਼ੇ ਤੇ ਗੱਲ ਕਰਦੇ ਹਾਂ ਤੇ ਪੰਜਾਬ ਦੇ ਲੋਕ ਕੀ ਕਹਿੰਦੇ ਨੇ ਤੁਹਾਨੂੰ ਜਾਣੂ ਕਰਵਾਉਂਦੇ ਹਾਂ, ਪਰ ਅੱਜ ਪੰਜਾਬ ਬੋਲਦਾ ਦੇ ਵਿੱਚ ਕਿਸੇ ਵਿਸ਼ੇ ਦੇ ਉੱਪਰ ਗੱਲ ਨਹੀਂ ਕਰਾਂਗੇ, ਬਲਕਿ ਤੁਹਾਡੀ ਇੱਕ ਅਜਿਹੀ ਸ਼ਖਸੀਅਤ ਨਾਲ ਮੁਲਾਕਾਤ ਕਰਵਾਵਾਂਗੇ ਜਿਸ ਨੇ ਬਹੁਤ ਛੋਟੀ ਉਮਰ ਦੇ ਵਿੱਚ ਬਹੁਤ ਵੱਡੀ ਮੱਲ ਮਾਰ ਲਈ ਹੈ ਤੇ ਇਤਿਹਾਸ ਸਿਰਜ ਦਿੱਤਾ ਹੈ। ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ, ਇਹ ਖੜੇ ਹਾਂ ਇਸ ਵੇਲੇ ਪੰਜਾਬ ਯੂਨੀਵਰਸਿਟੀ ਦੇ ਵਿੱਚ। ਹਾਲ ਹੀ ਦੇ ਵਿੱਚ ਵਿਦਿਆਰਥੀ ਚੋਣਾਂ ਜਿਹੜੀਆਂ ਹੋਈਆਂ ਨੇ ਤੇ ਵਿਦਿਆਰਥੀ ਚੋਣਾਂ ਦੇ ਵਿੱਚ ਜਿਹੜਾ ਇਤਿਹਾਸ ਸਿਰਜਿਆ ਹੈ, ਤਰਨ ਤਾਰਨ ਦੀ ਕਨੂਪ੍ਰੀਆ ਨੇ ਜਿਹੜੀ ਬਣ ਗਈ ਹੈ ਇੱਥੋਂ ਦੀ ਪ੍ਰੈਜ਼ੀਡੈਂਟ, ਤੇ ਪਹਿਲੀ ਵਾਰ ਜਿਹੜਾ ਕੌਂਸਲ ਦੇ ਇਤਿਹਾਸ ਦੇ ਵਿੱਚ ਹੋਇਆ ਕਿ ਕੋਈ ਫੀਮੇਲ ਜਿਹੜੀ ਹੈ ਉਹ ਪ੍ਰੈਜ਼ੀਡੈਂਟ ਬਣੀ ਹੋਵੇ। ਕਿਵੇਂ ਦਾ ਰਿਹਾ ਕਨੂਪ੍ਰੀਆ ਦਾ ਇਹ ਸਫ਼ਰ ਤੇ ਕੀ ਜਿਹੜਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਸੰਘਰਸ਼ ਕਿੰਨਾ ਕੁ ਕਰਨਾ ਪਿਆ, ਸਾਥ ਕਿੰਨਾ ਕੁ ਮਿਲਿਆ, ਇਹ ਸਾਰੀਆਂ ਗੱਲਾਂ ਜਿਹੜਾ ਹੈ ਉਹ ਕਨੂਪ੍ਰੀਆ ਦੇ ਨਾਲ ਅਸੀਂ ਕਰਾਂਗੇ। ਕਨੂਪ੍ਰੀਆ, ਸਭ ਤੋਂ ਪਹਿਲਾਂ ਜਸ ਪੰਜਾਬੀ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਸਭ ਤੋਂ ਪਹਿਲਾਂ ਸਵਾਲ, ਕੀ ਕਿੱਦਾਂ ਦਾ ਲੱਗ ਰਿਹਾ ਹੈ ਬੀਂਗ ਅ ਫੀਮੇਲ ਇੱਕ ਪ੍ਰੈਜ਼ੀਡੈਂਟ ਬਣ ਕੇ? ਬੀਂਗ ਅ ਫੀਮੇਲ ਪ੍ਰੈਜ਼ੀਡੈਂਟ ਐਂਡ ਉਸ ਤੋਂ ਵੀ ਵੱਧ ਇੱਕ ਉਸ ਔਰਗਨਾਈਜੇਸ਼ਨ ਨੂੰ ਬਿਲੋਂਗ ਕਰਨਾ ਜਿਹੜਾ ਇੱਥੇ ਕੰਟੀਨਿਊਸਲੀ ਆਪਣੇ ਇੱਕ ਸਟੂਡੈਂਟ ਯੂਨਿਟੀ ਦੇ ਬੇਸਿਸ 'ਤੇ ਚੱਲਦਾ ਆਇਆ ਹੈ, ਜਿਹੜਾ ਇੱਥੇ ਮਾਸਿਸ ਦੇ ਵਿੱਚ ਜਾ ਕੇ ਉਹਨਾਂ ਦੇ ਵਿੱਚ ਵਿਚਰ ਕੇ ਇੱਥੇ ਬਣਦਾ ਆਇਆ ਹੈ, ਅਤੇ ਉਹ ਕਿਸੇ ਵੀ ਪੈਸੇ ਧੇਲੇ ਉੱਤੇ ਨਹੀਂ ਚੱਲਦਾ ਆ, ਉਹ ਕਿਸੇ ਵੀ ਹੈ ਨਾ ਜਿਹਨੂੰ ਕਹਿੰਦੇ ਸਿਫਾਰਸ਼ੀ ਚੀਜ਼ਾਂ ਜਾਂ ਫਿਰ ਕਿਸੇ ਪੋਲੀਟੀਕਲ ਬੈਕਿੰਗ ਨਾਲ ਨਹੀਂ ਚੱਲਦਾ ਆ, ਉਸ ਚੀਜ਼ ਦਾ ਬਹੁਤ ਹੀ ਇੱਕ ਜਿਹਨੂੰ ਕਹਿੰਦੇ ਆ ਖੁਸ਼ੀ ਫੀਲ ਹੋ ਰਹੀ ਹੈ। ਅਤੇ ਸਟੂਡੈਂਟਸ ਫੋਰ ਸੁਸਾਇਟੀ ਜਿਹੜਾ ਇੱਥੇ ਇੱਕ ਮਾਡਲ ਪੇਸ਼ ਕਰਨਾ ਚਾਹੁੰਦੀ ਸੀ, ਅੱਜ ਉਹ ਕਾਊਂਸਲ ਲਈ ਐਕਸੈਪਟ ਹੋਇਆ, ਇਹਦੀ ਵੀ ਬਹੁਤ ਖੁਸ਼ੀ ਹੈ। ਦੱਸ ਦਈਏ SFS ਸਟੂਡੈਂਟ ਫੋਰ ਸੁਸਾਇਟੀ ਜਿਹੜੀ ਕਨੂਪ੍ਰੀਆ ਦੀ ਜਿਹੜੀ ਪਾਰਟੀ ਹੈ ਜਿਨ੍ਹਾਂ ਨੇ ਹੁਣ ਜਿੱਤ ਦਰਜ ਕਰ ਲਿੱਤੀ ਹੈ, ਇਹ ਜਿਹੜੀ ਹੈ ਇਹ ਜ਼ਿਆਦਾ ਕੋਈ ਰਵਾਇਤੀ ਪਾਰਟੀ ਨਹੀਂ ਹੈ, ਬਲਕਿ ਜਿਹੜੀ ਹੋਂਦ ਦੇ ਵਿੱਚ 2010 ਦੇ ਵਿੱਚ, ਜੇ ਮੈਂ ਗਲਤ ਨਹੀਂ ਹਾਂ, ਤਾਂ 2010 ਦੇ ਵਿੱਚ ਜਿਹੜੀ ਹੈ ਇਹ ਹੋਂਦ ਵਿੱਚ ਆਈ ਸੀ, ਅਤੇ ਕੁਝ ਹੀ ਸਾਲਾਂ ਦੇ ਵਿੱਚ ਜਿਸ ਮੁਕਾਮ 'ਤੇ ਇਹ ਪਹੁੰਚ ਗਏ ਆਪਣੇ ਆਪ ਦੇ ਵਿੱਚ ਜਿਹੜਾ ਉਹ ਕਾਬਿਲੇ ਤਾਰੀਫ ਹੈ। ਕਨੂੰ, ਰਵਾਇਤੀ ਪਾਰਟੀਆਂ ਸੀ ਸਾਰੀਆਂ, ਇਹਨਾਂ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਪਛਾੜ ਕੇ ਇਹ ਜਿੱਤ ਹਾਸਲ ਕਰਨਾ ਕਿੰਨਾ ਕੁ ਜਿਹੜਾ ਵਾ ਸੰਘਰਸ਼ ਕਰਨਾ ਪਿਆ? ਇਹਦੇ ਲਈ ਸੰਘਰਸ਼ ਨਾ ਕਿ ਸਿਰਫ ਇਹ ਵਾਲੇ ਸਾਲ ਦਾ ਸੀਗਾ, ਉਹ 2010 ਤੋਂ ਜਿਹੜੇ ਸਾਡੇ ਨਾਲ ਸਾਥੀ ਜੁੜੇ ਆਏ ਨੇ, ਜਿਹੜੇ ਹੁਣ ਇੱਥੋਂ ਪਾਸਡ ਆਊਟ ਨੇ, ਕੁਝ ਵਿਦੇਸ਼ਾਂ 'ਚ ਬੈਠੇ ਨੇ, ਕੁਝ ਇੱਥੇ ਹੋਰ ਕਾਲਜਾਂ 'ਚ ਐਡਮਿਸ਼ਨ ਲਈ ਬੈਠੇ ਨੇ, ਉਹਨਾਂ ਸਭ ਦਾ ਬਹੁਤ ਹੀ ਇੱਕ ਸੰਘਰਸ਼ ਰਿਹਾ ਹੈ, ਨਾ ਕਿ ਮੇਰਾ ਸਿਰਫ ਇੱਕ ਜਿਹੜਾ ਸਾਲ 'ਚ ਜਾਂ 2-3 ਸਾਲਾਂ 'ਚ ਜਿਹੜਾ ਮੇਰਾ ਐਕਟੀਵਿਜ਼ਮ ਰਿਹਾ ਹੈ, ਇੱਥੇ ਬਹੁਤ ਹੀ ਜ਼ਿਆਦਾ ਮਿਹਨਤ ਰਹੀ ਹੈ ਇੱਕ ਇੱਕ ਐਕਟੀਵਿਸਟ ਦੀ ਉਹ ਮਾਹੌਲ ਸਿਰਜਣ ਦੀ, ਕਿ ਯੂਨੀਵਰਸਿਟੀ ਦੀ ਜਿਹੜੀ ਪੋਲੀਟਿਕਸ ਆ ਉਹ ਇਸ਼ੂ ਬੇਸਡ ਹੋਏ, ਕਿ ਯੂਨੀਵਰਸਿਟੀ ਦੀ ਜਿਹੜੀ ਪੋਲੀਟਿਕਸ ਆ ਉਹਦੇ ਵਿੱਚ ਅਸੀਂ ਮੁੱਦਿਆਂ ਦੀ ਰਾਜਨੀਤੀ ਨੂੰ ਅੱਗੇ ਲੈ ਕੇ ਕੰਮ ਕਰੀਏ, ਅਤੇ ਉਹਦੇ ਵਿੱਚ ਜਿਹੜਾ ਇੱਕ ਜਿਹੜਾ ਜਿਹਨੂੰ ਕਹਿ ਰਹੇ ਹਾਂ ਕਿ ਮੇਨ ਸਟ੍ਰੀਮ ਪੋਲੀਟਿਕਸ ਹੈਗੀ ਆ, ਉਹਨੂੰ ਇੱਥੋਂ ਬਾਹਰ ਕਰੀਏ। ਕਦੋਂ ਲੱਗਾ ਸੀਗਾ ਕਿ ਮੈਂ ਜਿਹੜਾ ਵਾ ਇੱਕ ਸਟੂਡੈਂਟ ਤਾਂ ਹਾਂ, ਪਰ ਮੈਂ ਸਟੂਡੈਂਟ ਕੌਂਸਲ ਦੀ ਪ੍ਰਧਾਨ ਬਣ ਸਕਦੀ ਹਾਂ? ਕਿੰਨਾ ਨੇ ਜਿਹੜਾ ਬੂਸਟ ਅਪ ਕੀਤਾ, ਅਤੇ ਜਾਂ ਫਿਰ ਆਪਣੇ ਆਪ ਦੇ ਵਿੱਚ ਕੌਨਫੀਡੈਂਸ ਸੀਗਾ ਕਿ ਨਹੀਂ ਆਈ ਕੈਨ ਡੂ ਇਟ? ਅਸੀਂ ਔਰਗਨਾਈਜੇਸ਼ਨ ਦੇ ਜਿੰਨੇ ਵੀ ਡਿਸੀਜਨਸ ਲੈਂਦੇ ਹਾਂ ਉਹ ਬਹੁਤ ਹੀ ਡੈਮੋਕ੍ਰੈਟਿਕ ਤਰੀਕੇ ਨਾਲ, ਸਾਰਿਆਂ ਦੀ ਸਹਿਮਤੀ ਦੇ ਨਾਲ, ਮੈਜੋਰਿਟੇਰੀਅਨ ਵਿਊ ਦੇ ਨਾਲ ਦਿੱਤੇ ਜਾਂਦੇ ਨੇ, ਅਤੇ ਉਹੀ ਜਿਹੜਾ ਵਿਊ ਸੀਗਾ ਉਹ ਮੇਰੇ ਸਾਡਾ ਕੈਂਡੀਡੇਚਰ ਫਾਈਨਲ ਕਰਨ 'ਚ ਵੀ ਹੁੰਦਾ ਆ। ਇਹ ਕੋਈ ਉੱਪਰੋਂ ਸਿਫਾਰਿਸ਼ ਨਹੀਂ ਆਉਂਦੀ, ਇਹ ਕੋਈ ਮੰਤਰੀ ਡਿਸਾਈਡ ਨਹੀਂ ਕਰਦਾ ਕਿ ਸਾਡਾ ਪ੍ਰਧਾਨ ਇੱਥੇ ਕੌਣ ਹੋਏਗਾ, ਤਾਂ ਜਿੰਨਾ ਵੀ ਕੈਡਰ ਹੈ ਮੈਂ ਉਹਨੂੰ ਸਾਰੇ ਨੂੰ ਬਹੁਤ ਹੀ ਕੇਪੇਬਲ ਸਮਝਦੀ ਹਾਂ। SFS ਦਾ ਸਾਰਾ ਕੈਡਰ ਜਿਹੜਾ ਹੈਗਾ ਬਹੁਤ ਹੀ ਵਧੀਆ ਰੀਪ੍ਰਜ਼ੈਂਟ ਕਰ ਸਕਦਾ ਹੈ। ਹੁਣ ਉਹਦੇ ਵਿੱਚ ਜਿਹੜਾ ਮੈਜੋਰਿਟੇਰੀਅਨ ਵਿਊ ਜਦੋਂ ਮੇਰਾ ਦਿੱਤਾ ਗਿਆ, ਤਾਂ ਮੈਂ ਉਹਨੂੰ ਇੱਕ ਬਖੂਬੀ ਨਿਭਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਔਰ ਮੈਂ ਉਹਨੂੰ ਆਪਣੇ ਜ਼ਿੰਮੇਵਾਰੀ ਨੂੰ ਲੈਣ ਦਾ ਇੱਕ ਪੂਰਾ ਆਪਣੇ ਉੱਪਰ ਐਫਰਟ ਰੱਖਿਆ, ਕਿਉਂਕਿ ਇਹ ਬਹੁਤ ਹੀ ਵੱਡੀ ਜ਼ਿੰਮੇਵਾਰੀ ਹੈ। ਤੁਸੀਂ ਇੱਕ ਔਰਗਨਾਈਜੇਸ਼ਨ ਜਿਹੜੀ ਇੱਥੇ, ਜਿਹਦਾ ਇੱਥੇ ਇੰਨਾ ਜ਼ਿਆਦਾ ਸਟੂਡੈਂਟ ਮਾਸ ਇੱਥੇ ਉਹਦੇ ਲਈ ਵਰਕਆਊਟ ਕਰ ਰਿਹਾ ਹੈ, ਤੁਸੀਂ ਉਹਨੂੰ ਰੀਪ੍ਰਜ਼ੈਂਟ ਕਰਨ ਵਾਲੇ ਹੋ, ਤਾਂ ਉਹ ਚੀਜ਼ ਇੱਕ ਬਹੁਤ ਹੀ ਜ਼ਿਆਦਾ ਖੁਸ਼ੀ ਵੀ ਦਿੰਦੀ ਹੈ ਕਿ ਇੰਨਾ ਜ਼ਿਆਦਾ ਭਰੋਸਾ ਔਰਗਨਾਈਜੇਸ਼ਨ ਦੁਆਰਾ ਪਹਿਲਾਂ ਤਾਂ ਜਿਤਾਇਆ ਗਿਆ, ਉਹਦੇ ਬਾਅਦ ਯੂਨੀਵਰਸਿਟੀ ਵੀ ਇੰਨਾ ਜ਼ਿਆਦਾ ਤੁਹਾਨੂੰ ਪਸੰਦ ਕਰ ਰਹੀ ਹੈ ਔਰ ਤੁਹਾਨੂੰ ਅੱਗੇ ਲੈ ਕੇ ਆ ਰਹੀ ਹੈ। ਅਨੁਪ੍ਰਿਆ, ਜਦੋਂ ਚੋਣਾਂ ਦੇ ਇਤਿਹਾਸ ਦੀ ਗੱਲ ਕਰਦੇ ਹਾਂ, ਯੂਨੀਵਰਸਿਟੀ ਦਾ ਇੱਕ ਆਪਣਾ ਬੜਾ ਪੁਰਾਣਾ ਇਤਿਹਾਸ ਹੈ, ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ, ਹਰ ਵਾਰ ਜਦੋਂ ਇੱਥੇ ਚੋਣਾਂ ਹੁੰਦੀਆਂ ਨੇ ਤਾਂ ਦੂਜੀਆਂ ਜੇਕਰ ਗੱਲ ਕੀਤੀ ਜਾਵੇ ਸੂਬੇ ਦੀ ਵਿਧਾਨ ਸਭਾ ਚੋਣਾਂ ਤੋਂ ਘੱਟ ਜਿਹੜਾ ਕੋਈ ਇੱਥੇ ਰੌਲਾ ਰੱਪਾ ਨਹੀਂ ਹੁੰਦਾ, ਉਸੇ ਤਰੀਕੇ ਦੇ ਨਾਲ ਪ੍ਰਚਾਰ ਕੀਤਾ ਜਾਂਦਾ ਹੈ, ਉਸੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਲੋਕਾਂ ਦੇ ਕੋਲ ਜਾ ਕੇ ਵੱਧ ਤੋਂ ਵੱਧ ਜਿਹੜਾ ਹੈ ਹਜ਼ਾਰਾਂ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਨੇ, ਪਰ ਸਾਰੀਆਂ ਚੀਜ਼ਾਂ ਨੂੰ ਪਛਾੜਦੇ ਹੋਏ ਤੁਸੀਂ ਜਿਹੜਾ ਹੈ ਉਹ ਮੈਨ ਟੂ ਮੈਨ ਟਾਕ ਦਾ ਜਿਹੜਾ ਇੱਕ ਰਸਤਾ ਅਪਣਾਇਆ, ਲੱਗਦਾ ਸੀਗਾ ਕਿ ਇਹ ਕਾਰਗਰ ਸਾਬਿਤ ਹੋਵੇਗਾ? ਜੀ, ਆਰਟ ਇੱਕ ਬਹੁਤ ਵੱਡਾ ਟੂਲ ਹੈ, ਆਰਟ ਵਿੱਚ ਨਾਟਕ, ਤੁਹਾਡੇ ਗੀਤ, ਤੁਹਾਡੀ ਕਵਿਤਾਵਾਂ, ਇਹ ਬਹੁਤ ਹੀ ਵੱਡਾ ਟੂਲ ਹੈ, ਅਤੇ ਉਹਨੂੰ SFS ਨੇ ਬਖੂਬੀ ਵਰਤਿਆ। ਇੱਕ ਜਿਹੜਾ SFS ਦਾ ਮੰਨਣਾ ਹੈ ਕਿ ਤੁਸੀਂ ਲੋਕਾਂ ਦੇ ਵਿੱਚ ਜਦੋਂ ਤੱਕ ਵਿਚਰੋਂਗੇ ਨਹੀਂ, ਤਾਂ ਉਦੋਂ ਤੱਕ ਉਹਨਾਂ ਦੀਆਂ ਤਕਲੀਫਾਂ ਨੂੰ ਨਹੀਂ ਸਮਝੋਗੇ, ਐਸਪੀਰੇਸ਼ਨਸ ਨੂੰ ਨਹੀਂ ਸਮਝੋਗੇ, ਤਾਂ ਉਹ SFS ਨੇ ਬਖੂਬੀ ਆਪਣੇ ਸਾਰੇ ਸਾਲ ਦੀਆਂ ਐਕਟੀਵਿਟੀਜ਼ 'ਚ, ਜਿੱਦਾਂ ਕਿਉਂਕਿ ਇਹ ਅਸੀਂ ਜਿਹੜਾ ਇੱਕ ਸਮਾਜ 'ਚ ਆਉਂਦੇ, ਅਸੀਂ ਯੂਨੀਵਰਸਿਟੀ 'ਚ ਉਹਨੂੰ ਬਣਾਉਣਾ, ਅਤੇ ਉਹ ਅਸੀਂ ਬਿਨਾਂ ਕਾਊਂਸਲ ਦੇ ਵੀ ਇੱਥੇ ਆਪਣੀ ਪੂਰੀ ਲਗਾਤਾਰ ਕੋਸ਼ਿਸ਼ ਕਰਦੇ ਆਏ ਹਾਂ ਕਿ ਸਟੂਡੈਂਟਸ ਦੀਆਂ ਦਿੱਕਤਾਂ ਨੂੰ ਚਾਹੇ ਕਾਊਂਸਲ ਐਡਰੈਸ ਕਰੇ ਨਾ ਕਰੇ,
ਪ੍ਰਧਾਨਗੀ ਆ ਗਈ ਹੈ ਹੱਥ ਦੇ ਵਿੱਚ, ਸਭ ਤੋਂ ਪਹਿਲਾਂ ਜਿਹੜਾ ਵਾ ਉਹ ਮੁੱਦਾ ਕੀ ਰਹੇਗਾ? ਸਭ ਤੋਂ ਪਹਿਲਾਂ ਜਿਹੜਾ ਮੁੱਦਾ ਰਹੇਗਾ ਉਹ ਇੱਥੇ ਜਨਰਲ ਬੋਡੀ ਮੀਟਿੰਗ ਦੇ ਥਰੂ ਕਾਊਂਸਲ ਨੂੰ ਰਨ ਕਰਨ ਦਾ, ਕਿਉਂਕਿ ਜਦੋਂ ਤੱਕ ਮਤਲਬ ਅਸੀਂ ਆਪਣੇ ਮੁੱਦਿਆਂ 'ਤੇ ਕੰਮ ਕਿਵੇਂ ਕਰਾਂਗੇ? ਅਸੀਂ ਆਪਣੇ ਮੁੱਦਿਆਂ 'ਤੇ ਕੋਈ ਸਾਈਨ ਕਰਕੇ ਨਹੀਂ ਕੰਮ ਕਰਨ ਵਾਲੇ, ਇਹ ਕੋਈ ਮੰਤਰੀ ਨਹੀਂ ਬਣ ਰਿਹਾ, ਇਹ ਤਾਂ ਇੱਕ ਪ੍ਰੈਸ਼ਰ ਗਰੁੱਪ ਬਣ ਰਿਹਾ, ਤਾਂ ਉਹ ਜਿਹੜੇ ਇੱਕ ਯੂਨੀਵਰਸਿਟੀ ਦੀ ਜਨਰਲ ਬੋਡੀ ਮੀਟਿੰਗਸ ਦੇ ਥਰੂ ਵਿਚਾਰ ਆਉਣਗੇ, ਜਿਹੜੇ ਉੱਥੇ ਮੁੱਦੇ ਆਉਣਗੇ, ਵੈਸੇ ਤਾਂ ਮੁੱਦੇ ਹੈ ਪਰ ਉਹਨਾਂ 'ਤੇ ਕਿੱਦਾਂ ਵਰਕਆਊਟ ਕਰਨਾ ਉਹ ਸਭ ਦੀ ਇੱਕ ਵਾਰ ਮੈਜੋਰਿਟੇਰੀਅਨ ਵਿਊ ਲੈ ਕੇ ਸਾਰਿਆਂ ਨੂੰ ਇਕੱਠੇ ਲੈ ਕੇ ਕੀਤਾ ਜਾਏਗਾ, ਤਾਂ ਉਹ ਇੱਕ UGBM ਯੂਨੀਵਰਸਿਟੀ GBM ਕਰਵਾ ਕੇ ਕਰਿਆ ਜਾਊਗਾ। ਫਿਰ ਦਿੱਕਤਾਂ ਤਾਂ ਇੱਥੇ ਬਹੁਤ ਨੇ, ਹੋਸਟਲ ਨੂੰ ਲੈ ਕੇ, ਹੋਸਟਲ ਦਾ ਅਲੋਟਮੈਂਟ ਲੈ ਕੇ, ਕੁੜੀਆਂ ਦੀ ਇੱਥੇ ਸਿਕਿਉਰਿਟੀ ਨੂੰ ਲੈ ਕੇ ਜਿਹੜਾ ਇੱਕ ਟਾਈਮ ਲਗਾ ਦਿੱਤਾ ਜਾਂਦਾ ਹੈ ਉਹਨਾਂ 'ਤੇ ਬੈਰੀਅਰ 'ਤੇ, ਯੂਨੀਵਰਸਿਟੀ ਨੂੰ ਇਨਸ਼ੋਰ ਨਹੀਂ ਕੀਤਾ ਜਾਂਦਾ ਕਿ ਉਹ ਹਰ ਇੱਕ ਲਈ ਇੱਥੇ ਸੇਫ ਹੋਏ, ਤਾਂ ਇੱਦਾਂ ਦੇ ਹੋਰ ਪ੍ਰਾਈਵੇਟਾਈਜੇਸ਼ਨ ਆਫ ਐਜੂਕੇਸ਼ਨ ਨੂੰ ਲੈ ਕੇ ਯੂਨੀਵਰਸਿਟੀਆਂ 'ਤੇ ਹਰ ਇੱਕ ਯੂਨੀਵਰਸਿਟੀ 'ਤੇ ਜਿਹੜਾ ਇੱਕ ਨਾ ਅਟੈਕ ਹੈ, ਉਹ 'ਚ ਪੰਜਾਬ ਯੂਨੀਵਰਸਿਟੀ ਦੀ ਇਸ ਵਾਰ ਕਾਊਂਸਲ ਉੱਥੇ ਆਪਣੀ ਆਵਾਜ਼ ਰੱਖੇਗੀ। ਅੱਜ ਤੱਕ ਕਾਊਂਸਲ ਉੱਥੇ ਸਾਈਨ ਕਰਦੀ ਆਈ ਆ ਫੀ ਹਾਈਕ ਦੇ ਡਿਸੀਜਨ 'ਤੇ, ਉਹ ਕਾਊਂਸਲ ਉੱਥੇ ਫਸਟ ਸਟੈਪ ਰੱਖੇਗੀ ਆਪਣਾ। ਅਸੀਂ ਬਹੁਤ ਵਾਰ ਦੇਖਿਆ ਕਨੁਪ੍ਰਿਆ ਯੂਨੀਵਰਸਿਟੀ ਦੇ ਵਿੱਚ ਬੜੇ ਸਾਰੇ ਮੁੱਦੇ ਸੀ, ਚਾਹੇ ਉਹ ਸਾਈਨ ਬੋਰਡ ਚੇਂਜ ਕਰਵਾਉਣ ਦੇ ਮੁੱਦੇ ਸੀਗੇ ਜਾਂ ਫਿਰ ਫੀ ਹਾਈਕ ਦਾ ਜਿਹੜਾ ਮੁੱਦਾ ਸੀਗਾ, ਵਿਦਿਆਰਥੀਆਂ ਨੂੰ ਸੰਘਰਸ਼ ਕਰਨਾ ਪਿਆ, ਤਾਂ ਤੁਹਾਡੀ ਪ੍ਰਾਇੋਰਟੀ ਕੀ ਰਹੇਗੀ ਕਿ ਸੰਘਰਸ਼ 'ਤੇ ਉਤਰ ਜਾਈਏ ਜਾਂ ਫਿਰ ਪਹਿਲਾਂ ਟੇਬਲ ਟਾਕ ਕੀਤੀ ਜਾਵੇ? ਗੱਲ ਇੱਦਾਂ ਆ ਕਿ ਪ੍ਰੋਟੈਸਟ ਦੇ ਇੱਕ ਸਪੈਕਟ੍ਰਮ ਹੁੰਦਾ ਪੂਰਾ, ਹੁਣ ਉਹ ਸ਼ੁਰੂ ਹੁੰਦਾ ਹੀ ਪਹਿਲਾਂ ਇੱਕ ਵਾਰ ਜਿਵੇਂ ਸਾਡਾ ਡੀਨ ਜਾਂ ਫਿਰ ਸਾਡਾ ਵਾਈਸ ਚਾਂਸਲਰ ਨਾਲ ਗੱਲਬਾਤ ਤੋਂ ਹੁੰਦਾ ਆ, ਉਹਨਾਂ ਨੂੰ ਉੱਥੇ ਜਿਹੜਾ ਇੱਕ ਮੈਮੋਰੈਂਡਮ ਦਿੱਤਾ ਜਾਂਦਾ ਆ, ਉਹਦੇ ਬਾਅਦ ਸਟੂਡੈਂਟਸ ਮੋਬਿਲਾਈਜ਼ ਸਾਡੇ ਨਾਲ ਹੋਏ ਹੁੰਦੇ ਨੇ ਜੇ ਤਾਂ ਫਿਰ ਜਾ ਕੇ ਇੱਕ ਪ੍ਰੋਟੈਸਟ ਦਾ ਫੋਰਮ ਵਧੀਆ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਹੁੰਦਾ ਆ, ਅਤੇ ਪ੍ਰੋਟੈਸਟ ਨੂੰ ਵੀ ਇੱਕ ਨਾ ਜਿਹੜਾ ਇੱਕ ਇੱਦਾਂ ਦਾ ਬਹੁਤ ਹੀ ਇੱਦਾਂ ਵਿਸ਼ਵਾਸ ਕੀਤਾ ਜਾਂਦਾ ਕਿ ਪ੍ਰੋਟੈਸਟ ਨੂੰ ਬਹੁਤ ਹੀ ਨੈਗੇਟਿਵਲੀ ਦੇਖਿਆ ਜਾਂਦਾ ਆ, ਪ੍ਰੋਟੈਸਟ ਸਾਡਾ ਰਾਈਟ ਹੈ ਅਤੇ ਜਿੱਥੇ ਹੱਕ ਕੁਚਲੇ ਜਾਣਗੇ ਉੱਥੇ ਸਾਡਾ ਪ੍ਰੋਟੈਸਟ ਆਏਗਾ, ਤਾਂ ਯੂਨੀਵਰਸਿਟੀ ਵਿੱਚ ਇਹ ਚੀਜ਼, ਇਹ ਯੂਨੀਵਰਸਿਟੀ 'ਚ SFS ਦਾ ਬਹੁਤ ਇਤਿਹਾਸ ਰਿਹਾ ਹੈ ਕਿ ਇੱਥੇ ਪ੍ਰੋਟੈਸਟ ਨੂੰ ਅੱਗੇ ਲੈ ਕੇ ਜਾਣਾ ਔਰ ਉਹਦੇ ਥਰੂ ਆਪਣੀਆਂ ਡਿਮਾਂਡਸ ਨੂੰ ਐਕਸੈਪਟ ਕਰਵਾਉਣਾ, ਕਿਉਂਕਿ ਯੂਨੀਵਰਸਿਟੀ ਅਥਾਰਟੀਆਂ ਨੂੰ ਅਸੀਂ ਦੇਖ ਚੁੱਕੇ ਹਾਂ ਕਿ ਤੁਸੀਂ 15-20 ਦਿਨ ਭੁੱਖ ਹੜਤਾਲ ਕਰ ਲਓ ਚਾਹੇ, ਉਹ ਕੋਈ ਜਵਾਬ ਨਹੀਂ, ਕੋਈ ਤੁਹਾਨੂੰ ਪੁੱਛਣ ਨਹੀਂ ਆਉਂਦਾ, ਤਾਂ ਇੱਕ ਸਟੂਡੈਂਟਸ ਦਾ ਜਦੋਂ ਇੰਨਾ ਜ਼ਿਆਦਾ ਮੋਬਲਾਈਜੇਸ਼ਨ ਹੋਊਗਾ ਜਿਹੜਾ SFS ਬਖੂਬੀ ਕਰ ਸਕਦੀ ਹੈ, ਕਿਉਂਕਿ ਇਹਦੀ ਰੀਚ ਹੈਗੀ ਹੈ ਇੰਨੀ, ਇੰਨਾ ਕੁ ਇਹ ਲੋਕਾਂ 'ਚ ਵਿਚਰ ਰਿਹਾ ਹੈ ਜਿਹਦੇ ਕਰਕੇ ਇਹਦੀ ਇੰਨੀ ਕੁ ਰੀਚ ਹੈ ਕਿ ਉਹ ਸਟੂਡੈਂਟਸ ਨੂੰ ਉੱਥੋਂ ਮੋਬਲਾਈਜ਼ ਕਰਕੇ ਆਪਣੇ ਇਸ਼ੂਜ਼ ਨੂੰ ਐਡਰੈਸ ਕਰ ਪਾਏ। ਰਵਾਇਤੀ ਪਾਰਟੀਆਂ ਜਿਹੜੀਆਂ ਅੱਜ ਤੱਕ ਇੱਥੇ ਸੱਤਾ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਆਉਂਦੀਆਂ ਰਹੀਆਂ ਵਾ, ਤਾਂ ਉਹ ਕਿਤੇ ਨਾ ਕਿਤੇ ਜਿਹੜਾ ਹੈ ਉਹ SFS ਦੀ ਜਿੱਤ ਪਚਣੀ ਵੀ ਹੁਣ ਮੁਸ਼ਕਿਲ ਹੋ ਰਹੀ ਹੈ, ਕ੍ਰਿਟੀਸਾਈਜ਼ ਕੀਤਾ ਗਿਆ ਜਾਂ ਫਿਰ ਕਿੰਨਾ ਕੁ ਜਿਹੜਾ ਹੈ ਉਹ ਕ੍ਰਿਟੀਸਿਜ਼ਮ ਸਹਿਣਾ ਪਿਆ ਹੈ? ਜੀ ਜਿਹੜੀ ਇਹ ਗੱਲ ਹੈਗੀ ਆ, ਇਹ ਤਾਂ ਡੈਫੀਨੇਟਲੀ ਆ ਕਿ ਸਾਨੂੰ ਐਕਸਪੈਕਟਡ ਸੀਗਾ ਕਿ ਨੌਰਥ ਇੰਡੀਆ 'ਤੇ ਬਹੁਤ ਪ੍ਰਭਾਵ ਪਏਗਾ, ਨੌਰਥ ਇੰਡੀਆ ਵਿੱਚ ਲੋਕ ਜਾਣ ਜਾਣਗੇ ਕਿ ਹੁਣ ਸਾਨੂੰ ਅਕਾਲੀ BJP ਕਾਂਗਰਸ ਹੀ ਨਹੀਂ ਚਾਹੀਦੇ, ਹੁਣ ਸਾਨੂੰ ਉਹ ਚੀਜ਼ਾਂ ਨਹੀਂ ਚਾਹੀਦੀਆਂ ਜਿਹੜੀਆਂ ਸਾਡੇ ਸ਼ਹਿਰਾਂ ਪਿੰਡਾਂ ਨੂੰ ਕਿਵੇਂ ਨੁਕਸਾਨ ਦੇ ਰਹੀਆਂ ਨੇ। ਪਰ ਇੱਕ ਚੀਜ਼ ਜਿਹੜੀ ਪੋਜ਼ਿਟਿਵ ਵੀ ਮਿਲੀ ਕਿ ਚਾਹੇ ਇੱਥੋਂ ਦੇ ਵੀ ਪੁਰਾਣੇ ਪੋਲੀਟੀਕਲ ਲੀਡਰਸ ਜਿਹੜੇ ਰਹੇ ਨੇ, ਚਾਹੇ ਉਹ ਸਟੇਟਸ ਵਿੱਚ ਵੀ ਰਹੇ ਨੇ, ਉਹਨਾਂ ਦਾ ਕੁਝ ਪੋਜ਼ਿਟਿਵ ਰਿਸਪੋਂਸ ਆਏ ਨੇ ਮੇਰਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ, ਕਿ ਵਿਮੈਨ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣ 'ਤੇ ਇੱਕ ਬਹੁਤ ਹੀ ਪੋਜ਼ਿਟਿਵ ਰਿਸਪੋਂਸ ਆਇਆ ਹੈ, ਅਤੇ ਅਸੀਂ ਵੀ ਉਹਦੇ ਨਾਲ ਬਹੁਤ ਹੀ ਇੱਕ ਖੁਸ਼ੀ ਸਾਂਝੀ ਕਰਦੇ ਹਾਂ ਕਿ ਜਿਹੜਾ ਯੂਨੀਵਰਸਿਟੀ ਦੇ ਮਾਹੌਲ 'ਚ ਅਸੀਂ ਤਬਦੀਲੀਆਂ ਲਿਆਉਣਾ ਚਾਹੁੰਦੇ ਹਾਂ ਉਹ ਵੀ ਕਿਤੇ ਨਾ ਕਿਤੇ ਖੜ ਰਹੇ ਨੇ ਸਾਡੇ ਨਾਲ। ਤੁਸੀਂ ਇੱਕ ਫੀਮੇਲ ਹੋ ਅਤੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਕਿ ਬੀਂਗ ਅ ਫੀਮੇਲ ਜਿਹੜੀਆਂ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਕੁੜੀਆਂ ਨੂੰ, ਚਾਹੇ ਉਹ ਟਾਈਮਿੰਗ ਦਾ ਇਸ਼ੂ ਹੋਵੇ ਜਾਂ ਫਿਰ ਉਹਨਾਂ ਦੇ ਕੱਪੜਿਆਂ ਨੂੰ ਲੈ ਕੇ ਜਿਹੜਾ ਇਸ਼ੂ ਹੋਵੇ, ਅਤੇ ਹੁਣ ਕੀ ਲੱਗਦਾ ਹੈ ਕਿ ਇੱਕ ਕੁੜੀ ਹੋ ਕੇ ਜਿਹੜਾ ਹੈ ਇਹ ਸਾਰਾ ਦਾਰਮਦਾਰ ਸੰਭਾਲ ਲਓਗੇ? ਜੀ ਗੱਲ ਇਹ ਹੈਗੀ ਹੈ ਕਿ ਯੂਨੀਵਰਸਿਟੀ ਵਿੱਚ SFS ਲਗਾਤਾਰ ਇਹਨਾਂ ਚੀਜ਼ਾਂ 'ਤੇ ਸਟ੍ਰੈਸ ਕਰਦੀ ਆਈ ਹੈ, ਅਤੇ ਜਿਹੜਾ ਵਿਮੈਨ ਐਕਟਿਵਿਜ਼ਮ ਦਾ ਯੂਨੀਵਰਸਿਟੀ 'ਚ ਲੋੜ ਹੈ, ਇਹ ਤਾਂ ਸਾਨੂੰ ਬਹੁਤ ਵਧੀਆ ਓਪਰਚੁਨਿਟੀ ਬਲਕਿ ਮਿਲ ਗਿਆ ਕਿ ਹੁਣ ਅਸੀਂ ਉਹ ਪ੍ਰੈਜ਼ੀਡੈਂਸ਼ੀਅਲ ਪੋਸਟ 'ਤੇ ਜਿਹੜੀ 'ਤੇ ਹੈਗੇ ਹਾਂ ਉਹਦੇ ਨਾਲ ਸਾਡਾ ਇੱਕ ਰੀਚ ਹੈਗਾ ਆ ਜਿਹੜਾ ਉਹ ਹੋਰ ਵੀ ਵਧਿਆ ਹੈ, ਤਾਂ ਹੁਣ ਅਸੀਂ ਅੱਗੇ ਵਿਮੈਨ ਅਸਰਸ਼ਨ ਨੂੰ ਬਹੁਤ ਹੀ ਤਿੱਖੇ ਤਰੀਕੇ ਨਾਲ ਯੂਨੀਵਰਸਿਟੀ 'ਚ ਆਉਂਦਾ ਦੇਖਦੇ ਹਾਂ। ਕਿ ਅੱਜ ਤੱਕ ਜਿਹੜਾ ਹੈ ਉਹ ਕਦੇ ਵੀ ਫੀਮੇਲ ਨੂੰ ਨਾ ਤਾਂ ਨੋਮੀਨੇਟ ਕੀਤਾ ਗਿਆ ਸੀਗਾ, ਕਦੀ ਸੋਚਿਆ ਨਹੀਂ ਸੀਗਾ ਪ੍ਰਧਾਨ ਬਣਾਉਣ ਵਾਸਤੇ, ਪਰ ਕਿਉਂਕਿ ਹੁਣ ਜਿਹੜਾ ਇਤਿਹਾਸ ਸਿਰਜਿਆ ਜਾ ਚੁੱਕਾ ਹੈ, ਕਹਿੰਦੇ ਨੇ ਕਿ ਰਿਕਾਰਡ ਜਿਹੜੇ ਨੇ ਉਹ ਟੁੱਟਣ ਵਾਸਤੇ ਹੁੰਦੇ ਨੇ, ਉਹ ਰਿਕਾਰਡ ਟੁੱਟ ਗਿਆ ਹੈ ਹੁਣ ਕਿ ਜਿਹੜੀ ਮੈਨ ਪਾਵਰ ਸੀਗੀ ਉਹ ਖਤਮ ਹੋ ਗਈ ਹੈ, ਸੋ ਹੁਣ ਕੀ ਲੱਗਦਾ ਹੈ ਕਿ ਅੱਗੇ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਜਿਹੜਾ ਹੋਰ ਫੀਮੇਲਸ ਇਸ ਵੱਲ ਆਉਣਗੀਆਂ ਪ੍ਰਧਾਨਗੀ ਵੱਲ? ਹਾਂ, ਮੈਂ ਇਹਦੇ 'ਤੇ ਇੱਕ ਐਗਜ਼ਾਮਪਲ ਵੀ ਰੱਖਣਾ ਚਾਹੂੰਗੀ, ਜਦੋਂ ਇੱਥੇ ਸਾਰੇ ਔਰਗਨਾਈਜੇਸ਼ਨਸ ਤੋਂ ਬੜਾ ਇੱਦਾਂ ਦਾ ਰਿਸਪੋਂਸ ਆ ਰਿਹਾ ਸੀਗਾ, ਕਿਸੇ ਨੇ ਕਿਹਾ ਸੀਗਾ ਕਿ ਇਹ ਜਿੱਤ ਜਾਣਗੇ, ਇਹ SFS ਵਾਲੇ ਜਿੱਤ ਜਾਣਗੇ ਜੇ ਪਿਛਲੀ ਵਾਰ ਵਾਲੀ ਗਲਤੀ ਨਾ ਕੀਤੀ ਕੁੜੀ ਲਾ ਕੇ, ਤਾਂ ਉਸ ਟਾਈਮ 'ਤੇ ਮੈਂ ਉੱਥੇ ਮੌਜੂਦ ਸੀ, ਤਾਂ ਇੱਕ ਬਹੁਤ ਹੀ ਜ਼ਿਆਦਾ ਇੱਦਾਂ ਲੱਗਾ ਕਿ ਕੋਈ ਇੱਦਾਂ ਕਿਵੇਂ ਕਹਿ ਸਕਦਾ ਇਹ, ਔਰ ਕੀ ਕਿਤੇ ਮੇਰਾ ਕੈਂਡੀਡੇਚਰ ਕਿਤੇ ਗਲਤ ਤਾਂ ਨਹੀਂ ਹੈਗਾ। ਪਰ ਹਾਂ, ਮਰਦ ਪ੍ਰਧਾਨਗੀ ਸਮਾਜ 'ਚ ਹੈਗੀ ਆ, ਪਿੱਤਰ ਸੱਤਾ ਸਮਾਜ 'ਚ ਹੈਗੀ ਆ, ਸਾਡਾ ਔਰਗਨਾਈਜੇਸ਼ਨ ਉਹਦੇ ਅਗੇਂਸਟ ਖੜ੍ਹਦਾ ਹੈ ਅਤੇ ਅਸੀਂ ਉਹੀ ਸਟੈਂਡ ਲਵਾਂਗੇ। ਉਸੇ ਸਟੈਂਡ ਵਜੋਂ ਇੱਕ ਮੇਰਾ ਕੈਂਡੀਡੇਚਰ ਅੱਗੇ ਲੈ ਕੇ ਆਇਆ ਗਿਆ, ਯੂਨੀਵਰਸਿਟੀ ਨੇ ਵੀ ਜਦੋਂ ਉਹਨੂੰ ਐਕਸੈਪਟ ਕੀਤਾ ਹੈ, ਅਤੇ ਅਸੀਂ ਉਮੀਦ
ਦਿਖਾਉਣਾ ਵੀ ਸੀਗਾ ਕਿ ਅਸੀਂ ਪਿੱਤਰ ਸੱਤਾ ਦੀ ਕਰਾਰੀ ਚਪੇੜ ਲਾਵਾਂਗੇ, ਉਹਨੂੰ ਚੂਰ ਚੂਰ ਮਾਰਾਂਗੇ। ਮੈਨੂੰ ਲੱਗਦਾ ਕਿ ਉਹ ਬਖੂਬੀ ਕਰਕੇ ਦਿਖਾ ਦਿੱਤਾ ਜੀ ਜੀ, ਬਸ ਹੁਣ ਉਹਨੂੰ ਚੀਜ਼ ਨੂੰ ਪ੍ਰੂਫ ਕਰਨ ਦੇ ਲਈ ਜਿਹੜਾ ਸਾਲ ਮਿਲਿਆ ਉਹ ਚੀਜ਼ਾਂ ਨੂੰ ਜ਼ਮੀਨੀ ਹਕੀਕਤ ਤੇ ਸਾਬਿਤ ਕਰਨਾ ਜੀ ਜ਼ਰੂਰ। ਬਿਲਕੁਲ, ਅਸੀਂ ਵੀ ਜਿਹੜਾ ਹੈ ਉਹ ਬਹੁਤ ਬਹੁਤ ਤੁਹਾਨੂੰ ਮੁਬਾਰਕਬਾਦ ਦਿੰਦੇ ਹਾਂ, ਅਤੇ ਅੰਤ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਹਾਨੂੰ ਬੈਠੇ ਦੇਖ ਰਹੇ ਨੇ, ਅਤੇ ਸਾਰੇ ਵਿਦਿਆਰਥੀਆਂ ਨੂੰ ਕੀ ਕਨੂਪ੍ਰਿਆ ਵੱਲੋਂ ਮੈਸੇਜ ਹੈ? ਮੇਰੇ ਵੱਲੋਂ ਇਹੀ ਮੈਸੇਜ ਹੈ ਸਭ ਦੋਸਤਾਂ ਨੂੰ, ਸਭ ਸਟੂਡੈਂਟਸ ਨੂੰ, ਸਭ ਜਿਹੜੇ ਕੋਈ ਜਿਹੜੇ ਆਪਣਾ ਕੰਮ ਵਿੱਚ ਪੈ ਗਏ ਨੇ, ਕੋਈ ਜਿਹੜੇ ਆਪਣੇ ਐਜੂਕੇਸ਼ਨਲ ਇੰਸਟੀਟਿਊਟਸ 'ਚ ਨੇ, ਕਿ ਸਾਡੀ ਜਿੰਨੀ ਵੀ ਪੜ੍ਹਾਈ ਹੈ ਉਹ ਤਾਂ ਸੱਚੀ ਨਿਕੰਮੀ ਰਹਿ ਜਾਂਦੀ ਹੈ, ਜਿੱਦਾਂ ਭਗਤ ਸਿੰਘ ਕਹਿੰਦੇ ਨੇ, ਜੇ ਉਹ ਜਿਹੜੀ ਪੜ੍ਹਾਈ ਹੈ ਉਹ ਸਮਾਜਿਕ ਮੁੱਦਿਆਂ ਨਾਲ ਨਾ ਜੁੜੀ, ਤਾਂ ਪਲੀਜ਼ ਅਸੀਂ ਉਹਦੇ ਵਿੱਚ ਪਾਰਟੀਸਿਪੇਟ ਕਰੀਏ। ਸਾਡਾ ਇੱਕ ਬਹੁਤ ਹੀ ਵੈਕਿਊਮ ਜਿਹਾ ਕ੍ਰੀਏਟ ਹੋਇਆ, ਔਰ ਸਪੈਸ਼ਲੀ ਪੋਲੀਟੀਕਲ ਵੈਕਿਊਮ ਕ੍ਰੀਏਟ ਹੋਇਆ ਹੈ ਕਿ ਨੌਜਵਾਨ ਨੂੰ ਰਾਹ ਨਹੀਂ ਮਿਲ ਰਿਹਾ, ਉਹ ਨਸ਼ਿਆਂ ਵੱਲ ਜਾ ਰਿਹਾ ਹੈ, ਉਹ ਭੱਜ ਰਿਹਾ ਹੈ ਆਪਣੇ ਰੈਗੂਲਰ ਰੋਜ਼ ਦਾ ਇੱਕ ਢਿੱਡ ਪਾਲਣ ਨੂੰ, ਅਤੇ ਉਹਦੇ ਵਿੱਚ ਉਹਨੂੰ ਰਾਹ ਨਹੀਂ ਮਿਲ ਰਿਹਾ। ਆਪਾਂ ਉਹ ਰਾਹ ਬਣਾਈਏ, ਆਪਾਂ ਉਹ ਰਾਹ ਦੇ ਇੱਕ ਪਾਰਟ ਬਣੀਏ। ਇਹ ਜਿਹੜਾ ਵੈਕਿਊਮ ਹੈ ਇਹ ਸਾਡੇ ਦੁਆਰਾ ਹੀ ਫਿਲ ਹੋਣਾ ਆ, ਤਾਂ ਇਹਦਾ ਪਲੀਜ਼ ਪਾਰਟ ਬਣੀਏ। ਆਪਾਂ ਆਪਣੇ ਇੰਡੀਵਿਜੁਅਲ ਇੰਟਰਸਟ ਨੂੰ ਅੱਜ ਦੇ ਟਾਈਮ 'ਤੇ ਮਾਰ ਕੇ ਔਰਗਨਾਈਜ਼ਡ ਹੋਈਏ, ਕਿਉਂਕਿ ਸਾਡਾ ਦੁਸ਼ਮਣ ਬਹੁਤ ਔਰਗਨਾਈਜ਼ਡ ਹੈ, ਅਤੇ ਇਸ ਟਾਈਮ 'ਤੇ ਸਾਡਾ ਔਰਗਨਾਈਜ਼ਡ ਹੋਣਾ ਵੀ ਬਹੁਤ ਜ਼ਰੂਰੀ ਹੋ ਜਾਂਦਾ। ਬਹੁਤ ਬਹੁਤ ਸ਼ੁਕਰੀਆ ਕਨੂਪ੍ਰਿਆ, ਤੁਹਾਨੂੂੰ ਵੀ ਜਸ ਪੰਜਾਬੀ ਵੱਲੋਂ ਪੂਰੀਆਂ ਜਿਹੜੀਆਂ ਮੁਬਾਰਕਬਾਦ ਹੈ ਕਿ ਜਿਹੜਾ ਤੁਹਾਡਾ ਸਾਲ ਦਾ ਸਫ਼ਰ ਹੈ ਇਹ ਬਹੁਤ ਸੋਹਣੇ ਤਰੀਕੇ ਦੇ ਨਾਲ ਲੰਘੇ, ਅਤੇ ਤੁਹਾਡੇ ਅੱਗੇ ਜਿੰਨੀਆਂ ਵੀ ਚੁਣੌਤੀਆਂ ਆਉਣ ਉਹਨੂੰ ਬਖੂਬੀ ਜਿਹੜਾ ਹੈ ਉਹ ਤੁਸੀਂ ਪੂਰੀਆਂ ਕਰੋ, ਅਤੇ ਇਹ ਜਿਹੜੇ ਮਰਦ ਪ੍ਰਧਾਨ ਵਾਲੇ ਸਮਾਜ ਦੀ ਧਾਰਨਾ ਬਣੀ ਹੈ ਇਹਨੂੰ ਜਿਹੜਾ ਹੈ ਬ੍ਰੇਕ ਕਰਨ ਦੇ ਵਿੱਚ ਜਿਹੜਾ ਹੈ ਸਾਬਿਤ ਹੋਵੋ ਕਾਰਗਰ। ਕਨੂਪ੍ਰਿਆ ਦੇ ਨਾਲ ਤਾਂ ਗੱਲਬਾਤ ਕਰ ਲਈ, ਹੋਰ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦੀਆਂ ਹੁਣ ਕਨੂਪ੍ਰਿਆ ਦੇ ਕੋਲੋਂ ਕੀ ਉਮੀਦਾਂ ਨੇ। ਗੱਲ ਹੋ ਰਹੀ ਹੈ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਨਵੀਂ ਮਹਿਲਾ ਪ੍ਰਧਾਨ ਬਣੀ ਹੈ, ਕੌਂਸਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਫੀਮੇਲ ਨੂੰ ਜਿਹੜਾ ਉਹ ਪ੍ਰੈਜ਼ੀਡੈਂਟ ਬਣਾਇਆ ਗਿਆ ਹੋਵੇ। ਇੱਕ ਬਹੁਤ ਆਪਣੇ ਆਪ ਦੇ ਵਿੱਚ ਇੱਕ ਚੰਗਾ ਜਿਹੜਾ ਹੈ ਉਹ ਬਦਲਾਵ ਹੈ, ਬਦਲਾਵ ਕਹਿੰਦੇ ਹਮੇਸ਼ਾ ਜਿਹੜਾ ਉਹ ਚੰਗੇ ਵਾਸਤੇ ਹੁੰਦਾ ਹੈ, ਪਰ ਇਹ ਬਦਲਾਵ ਜਿਹੜਾ ਹੈ ਉਹ ਕਨੂਪ੍ਰਿਆ ਨੇ ਜਿੱਥੇ ਦਾਅਵਾ ਕੀਤਾ ਹੈ ਕਿ ਉਹ ਮੁੱਦੇ ਚੱਕਣਗੇ, ਜਿਹੜੇ ਮੁੱਦਿਆਂ ਦੇ ਉੱਪਰ ਰਾਜਨੀਤੀ ਹੋਣੀ ਚਾਹੀਦੀ ਹੈ ਉਹਨਾਂ ਮੁੱਦਿਆਂ 'ਤੇ ਕਰਨਗੇ, ਪਰ ਵਿਦਿਆਰਥੀਆਂ ਦੀਆਂ ਕੀ ਉਮੀਦਾਂ ਨੇ ਕਨੂਪ੍ਰਿਆ ਤੋਂ, ਅਤੇ ਕੁੜੀਆਂ ਨੂੰ ਇਹ ਜਿਹੜਾ ਵਾ ਡਿਸੀਜ਼ਨ ਕਿੰਨਾ ਕੁ ਰਾਸ ਆ ਰਿਹਾ? ਸਭ ਤੋਂ ਪਹਿਲਾਂ ਕੁੜੀਆਂ ਦੇ ਨਾਲ ਹੀ ਗੱਲਬਾਤ ਕਰਾਂਗੇ, ਕਿਉਂਕਿ ਇਹਨਾਂ ਦਾ ਪੁਆਇੰਟ ਆਫ ਵਿਊ ਲੈਣਾ ਬਹੁਤ ਜ਼ਰੂਰੀ ਹੋ ਜਾਂਦਾ ਕਿ ਆਖਿਰਕਾਰ ਜਿਹੜਾ ਹੈ ਉਹ ਮੈਜੋਰਿਟੀ ਹੁਣ ਕੁੜੀਆਂ ਦੀ ਵੀ ਹੋ ਗਈ ਹੈ, 60% ਜੇਕਰ ਦੇਖਿਆ ਜਾਵੇ ਤਾਂ ਪੀਯੂ ਦੇ ਵਿੱਚ ਗਰਲਸ ਨੇ। ਹਾਏ ਮਨਪ੍ਰੀਤ ਹੈ, ਤੋ ਮੈਮ ਰੀਅਲੀ ਵੀ ਆਰ ਹੈਪੀ ਦੈਟ ਪਹਿਲੀ ਵਾਰ ਕੋਈ ਲੜਕੀ ਮਤਲਬ ਵੋਟ ਹੋਈ ਹੈ ਫੋਰ ਪ੍ਰੈਜ਼ੀਡੈਂਟ ਕੇ ਲਈ, ਹਿਸਟਰੀ ਮੇਂ ਫਸਟ ਟਾਈਮ ਐਸਾ ਹੋਇਆ ਹੈ। ਬਟ ਦ ਥਿੰਗ ਇਜ਼ ਕਿ ਲਾਸਟ ਪਿਛਲੇ ਈਅਰ ਸੇ ਜੋ ਕੁਛ ਨਹੀਂ ਹੋਇਆ ਹੈ, ਜੋ ਲੋਕ ਸਟਿਲ ਪੀਪਲ ਵੋਟ ਤੋਂ ਕਰ ਦੇਤੇ ਹੈ ਬਟ ਦੇ ਆਰ ਨੋਟ ਹੈਪੀ। ਦਿਸ ਈਅਰ ਮੈਂ ਖੁਦ ਵੋਟਿੰਗ ਕੇ ਲਈ ਮੈਨੇ ਅਪੀਲ ਕਰੀ ਹੈ ਲੋਕੋਂ ਕੇ ਪਾਸ, ਮੈਂ ਰੂਮ ਰੂਮ ਤੱਕ ਗਈ ਹੂੰ ਗਰਲਸ ਕੇ ਪਾਸ ਕਿ ਆਪ ਵੋਟ ਡਾਲੋ ਵੋਟ ਡਾਲੋ, ਬਟ ਜੋ ਲੜਕੀਆਂ ਹੈ ਦੇਰ ਆਰ ਮੈਨੀ ਗਰਲਸ ਵਿਚ ਆਰ ਨੋਟ ਸੈਟਿਸਫਾਈਡ, ਦੇ ਸੇ ਕਿ ਨਹੀਂ ਹਮੇ ਹੋਸਟਲ ਨਹੀਂ ਮਿਲਾ, ਉਹ ਲੋਕ ਅਭੀ ਤੱਕ ਰੋ ਰਹੇ ਹੈ ਕਿਉਂਕਿ ਉਨਕੋ ਤਿੰਨ ਬਹੁਤ ਸਾਰੇ ਇਸ਼ੂਜ਼ ਆ ਕੁੜੀਆਂ ਦੇ ਨਾਲ, ਕਿਉਂਕਿ ਤਿੰਨ ਸਾਲ ਪਿਛਲੇ ਤਿੰਨ ਸਾਲ ਸੇ ਉਸ ਲੜਕੀ ਕੋ ਹੋਸਟਲ ਨਹੀਂ ਮਿਲਾ ਹੈ, ਉਹ ਪਤਾ ਨਹੀਂ ਆਈ ਡੋਂਟ ਨੋ ਵਿਚ ਪਾਰਟੀ ਸ਼ੂ ਵਾਸ ਸਪੋਰਟਿੰਗ, ਤੋ ਨਾਓ ਦਿਸ ਈਅਰ ਸ਼ੀ ਸੈਡ ਆਈ ਐਮ ਨੋਟ ਗੋਇੰਗ ਟੂ ਵੋਟ ਫੋਰ ਐਨੀ ਵਨ, ਤੋ ਵੀ ਸੈਡ ਓਕੇ ਕਿ ਮਤਲਬ ਉਹ ਲੋਕ ਵੋ ਹਮ ਪੇ ਗੁੱਸਾ ਹੋਣੇ ਲੱਗੇ ਥੇ, ਹਮਨੇ ਕਹਾ ਚਲੋ ਠੀਕ ਹੈ ਅਬ ਨਹੀਂ, ਠੀਕ ਹੈ। ਬਟ ਇਹ ਕਿ ਹਮ ਲੋਕ ਬਹੁਤ ਸਾਰੇ ਲੋਕੋਂ ਕੇ ਇਸ਼ੂਜ਼ ਸੁਨੇ, ਤੋ ਇਹ ਹੈ ਕਿ ਪਾਰਟੀਜ਼ ਬਣ ਤੋਂ ਪਹਿਲੇ ਤੋ ਇਹ ਲੋਕ ਬਹੁਤ ਕੈਂਪੇਨਿੰਗ ਵੈਂਪੇਨਿੰਗ ਕਰਦੇ ਹੈ, ਵੋਟਸ ਮੰਗਤੇ ਹੈ ਕਿ ਹਾਂ ਚਲੋ ਠੀਕ ਹੈ ਆਪ ਹਮੇ ਵੋਟ ਕਰੋ ਐਂਡ ਆਲ ਦੈਟ, ਔਰ ਉਸਕੇ ਬਾਅਦ ਜਬ ਇਹ ਬਣ ਜਾਤੇ ਹੈ ਤਬ ਇਨਕਾ ਕੋਈ ਇਸ਼ੂ ਆਪ ਮਤਲਬ ਇਹ ਸਮਝੋ ਦੇ ਜਸਟ ਸਪੈਂਡ ਦੇਅਰ ਫੰਡਸ ਔਨ ਪਾਰਟੀਜ਼ ਐਂਡ ਆਲ ਦੈਟ, ਨਥਿੰਗ ਐਲਸ। ਮਤਲਬ ਇਹ ਲੋਕ ਸੋਚਦੇ ਹੀ ਨਹੀਂ ਹੈ ਕਿ ਕੌਣ ਸਾ ਸਟੂਡੈਂਟ ਕਿਆ ਸਫ਼ਰ ਕਰ ਰਿਹਾ ਹੈ, ਨਹੀਂ ਕਰ ਰਿਹਾ ਹੈ। ਅਗਰ ਆਪਨੇ ਰਿਸਪੋਂਸੀਬਿਲਿਟੀ ਲੀ ਹੈ ਤੋ ਐਟਲੀਸਟ ਆਪ ਉਸਕੋ ਫਿਨਿਸ਼ ਤੋ ਕਰੋ, ਕੰਪਲੀਟ ਤੋ ਕਰਨਾ ਚਾਹੀਏ। ਮਤਲਬ ਆਪ ਬਿਲਕੁਲ ਇਹ ਵਿਦਿਆਰਥੀ ਚੋਣਾਂ ਹੋਣ ਇਹਨਾਂ ਦਾ ਵੀ ਹਾਲ ਰਾਜਨੀਤਿਕ ਪਾਰਟੀਆਂ ਵਾਲਾ ਹੋ ਜਾਂਦਾ ਹੈ। ਹਾਂਜੀ ਬਿਲਕੁਲ ਇਹੀ ਗੱਲ ਹੈ, ਬਸ ਪੈਸੇ ਖਾਣ ਦਾ ਮੈਨੂੰ ਮਤਲਬ ਜ਼ਿਆਦਾ ਨਹੀਂ ਕਹਿਣਾ ਚਾਹੀਦਾ ਮੈਨੂੰ, ਬਟ ਇਹ ਹੈ ਕਿ ਜੇ ਰਿਸਪੋਂਸੀਬਿਲਟੀ ਤੁਹਾਨੂੰ ਮਿਲੀ ਆ ਤੁਹਾਨੂੰ ਠੀਕ ਤਰ੍ਹਾਂ ਨਾਲ ਤੁਸੀਂ ਨਿਭਾਓ। ਤੁਸੀਂ ਐਕਸਪੈਕਟ ਕੀ ਕਰਦੇ ਹੋ ਕਨੂਪ੍ਰਿਆ ਤੋਂ? ਬਿਲਕੁਲ ਮੈਂ ਆਪਾਂ ਦੇਖੋ ਐਕਸਪੈਕਟੇਸ਼ਨ ਤੋਂ ਜ਼ਿਆਦਾ ਹੈ ਹੀ ਨਹੀਂ ਕਿ ਚਲੋ ਪਹਿਲੀ ਵਾਰ ਕੋਈ ਕੁੜੀ ਬਣੀ ਹੈ, ਸਾਰੇ ਇਨਫੈਕਟ ਮੇਰੀ ਨਹੀਂ ਸਾਰੇ ਯੂਨੀਵਰਸਿਟੀ ਦੀ ਕੁੜੀਆਂ ਦੀ ਮੁੰਡਿਆਂ ਸਾਰਿਆਂ ਦੇ ਐਕਸਪੈਕਟੇਸ਼ਨਸ ਨੇ ਕਿ ਉਹ ਵਧੀਆ ਤੋਂ ਵਧੀਆ ਕਰਕੇ ਵਿਖਾਏ, ਜਿਹੜਾ ਪਹਿਲਾਂ ਹੋਇਆ ਹੈ ਮਤਲਬ ਉਸ ਤੋਂ ਵਧੀਆ ਕਰੇ, ਅਤੇ ਆਪਣਾ ਨਾਮ ਮਤਲਬ ਸੋ ਦੈਟ ਉਨਕੀ ਪਾਰਟੀ ਜੋ SFS ਕੀ ਹੈ ਉਹ ਔਰ ਵੀ ਅੱਗੇ ਕਮਿੰਗ ਈਅਰਸ ਮੇਂ ਵੀ ਆਏ, ਤੋ ਇਹ ਉਨ ਪਰ ਡਿਪੈਂਡ ਕਰਦਾ ਹੈ ਕਿ ਵਾਟ ਦੇ ਡੂ, ਬਟ ਵੀ ਐਕਸਪੈਕਟ ਹਮਾਰੀ ਐਕਸਪੈਕਟੇਸ਼ਨਸ ਤੋਂ ਕਦੇ ਖਤਮ ਨਹੀਂ ਹੋ ਸਕਤੀ ਹੈ। ਮਤਲਬ ਆਈ ਐਮ ਅ ਰਿਸਰਚ ਸਕਾਲਰ, ਮੁਝੇ ਇਤਨੀ ਨੀਡ ਨਹੀਂ ਹੈ ਕਿਸੇ ਵੀ ਚੀਜ਼ ਕੀ, ਬਟ ਜੋ ਮਾਸਟਰਸ ਜੋ ਬਾਕੀ ਸਟੂਡੈਂਟਸ ਹੈ ਮੈਮ ਉਨਕੀ ਬਹੁਤ ਸਾਰੀ ਇਸ਼ੂਜ਼ ਹੈ ਯਹਾਂ ਪੇ। ਹੁਣ ਕੁਛ ਕਹਿਣਾ ਚਾਹੋਗੇ? ਕੀ ਨਾਮ ਹੈ? ਮਨਜੋਤ। ਮਨਜੋਤ, ਇਹ ਪੁਰਸ਼ ਪ੍ਰਧਾਨ ਸਮਾਜ ਹਮੇਸ਼ਾ ਕਿਹਾ ਜਾਂਦਾ ਸੀਗਾ, ਪਰ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਕਿ ਹੁਣ ਜਿਹੜੀ ਫੀਮੇਲ ਹੈ ਉਹ ਪ੍ਰਧਾਨ ਬਣ ਗਈ ਹੈ। ਸਭ ਤੋਂ ਪਹਿਲਾਂ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ, ਸਵਾਗਤ ਕਰ ਰਹੇ ਹੋ? ਹਾਂਜੀ ਬਹੁਤ ਵਧੀਆ ਹੋਇਆ। ਐਕਚੁਲੀ 30 ਈਅਰਸ ਦਾ ਜੋ ਵੀ ਇਲੈਕਸ਼ਨ ਦਾ ਚੱਲ ਰਿਹਾ ਸੀ ਤਾਂ ਫਸਟ ਟਾਈਮ ਹੈ ਕਿ ਕੋਈ ਲੜਕੀ
ਮਤਲਬ ਜੋ ਜੋ ਉਹਨਾਂ ਦੇ ਮੋਟਿਵ ਸੀ ਜਾਂ ਯੂਨੀਵਰਸਿਟੀ ਦੇ ਬੈਟਰਮੈਂਟ ਲਈ ਉਹਨਾਂ ਨੂੰ ਕੰਮ ਕਰਨਾ ਚਾਹੀਦਾ। ਕੁੜੀਆਂ ਦੇ ਕਿਹੜੇ ਖਾਸ ਕਰਕੇ ਇਸ਼ੂ ਨੇ ਜਿਹੜੀਆਂ ਕੁੜੀਆਂ ਚਾਹੁੰਦੀਆਂ ਨੇ ਕਿ ਉਹ ਹੱਲ ਹੋਣੇ ਚਾਹੀਦੇ ਨੇ? ਦੇਖਿਆ ਕਿ ਕੁੜੀਆਂ ਦੇ ਸਿਕਿਉਰਿਟੀ ਦੇ ਬੜੇ ਇਸ਼ੂ ਨੇ, ਕੁੜੀਆਂ ਦੀ ਡਰੈਸਅਪ ਦੇ ਬੜੇ ਇਸ਼ੂ ਨੇ, ਹੋਸਟਲ ਟਾਈਮਿੰਗ ਦੇ ਬੜੇ ਇਸ਼ੂ ਨੇ। ਹਾਂਜੀ, ਇੱਕ ਤਾਂ ਹੋਸਟਲ ਦੀ ਉਹ 24 ਆਰ ਐਂਟਰੀ ਵਾਲਾ, ਅਤੇ ਬਾਕੀ ਹਾਂਜੀ ਸਾਰਾ ਮਤਲਬ ਇਹ ਹੋਣਾ ਚਾਹੀਦਾ ਸਾਰਾ। ਕੀ ਨਾਮ ਹੈ? ਸ਼ਿਫਾਲੀ। ਸ਼ਿਫਾਲੀ, ਕਿੱਦਾਂ ਲੱਗ ਰਿਹਾ ਕਿ ਹੁਣ ਇੱਕ ਫੀਮੇਲ ਜਿਹੜੀ ਹੈ ਉਹ ਪ੍ਰੈਜ਼ੀਡੈਂਟ ਬਣ ਗਈ ਹੈ? ਬਹੁਤ ਅੱਛਾ ਫੀਲ ਹੋ ਰਿਹਾ ਹੈ, ਔਰ ਇਹ ਪਹਿਲੀ ਵਾਰ ਪੀਯੂ ਕੀ ਹਿਸਟਰੀ ਮੈਂ ਹੋਇਆ ਹੈ ਕਿ ਇਤਨੀ ਕਲੀਅਰ ਕੱਟ ਵਿਨਿੰਗ ਹੋਈ ਹੈ, ਬਹੁਤ ਜ਼ਿਆਦਾ ਵੋਟ ਕੇ ਸਾਥ, ਕਲੀਅਰ ਕਨੂ ਪ੍ਰਿਆ ਬਹੁਤ ਜ਼ਿਆਦਾ ਡਿਫਰੈਂਸ ਕੇ ਸਾਥ ਵਿਨਿੰਗ ਹੋਈ ਹੈ। ਤੁਸੀਂ ਵੋਟ ਕਿਹਨੂੰ ਦਿੱਤੀ ਸੀ? ਸੱਚੀ ਸੱਚੀ ਦੱਸਣਾ ਹੈ, ਪ੍ਰੈਜ਼ੀਡੈਂਟ ਦੀ ਕਨੂ ਪ੍ਰਿਆ ਨੂੰ ਦਿੱਤੀ ਸੀ। ਯੈਸ, ਹਮ ਸਭ ਨੇ ਕਨੂ। ਹੁਣ ਸਾਰੇ ਕਹਿ ਰਹੇ ਆ ਕਿ ਇਹਨਾਂ ਨੇ ਕਨੂ ਪ੍ਰਿਆ ਨੂੰ ਵੋਟ ਦਿੱਤੀ ਸੀਗੀ, ਪਰ ਚਲੋ ਮੰਨ ਲੈਂਦੇ ਹਾਂ ਕਿ ਇਹਨਾਂ ਨੇ ਦਿੱਤੀ ਸੀਗੀ, ਕਿਉਂਕਿ ਕੁੜੀਆਂ ਵਾ ਕੁੜੀਆਂ ਦੀ ਗੱਲ ਕਹਿੰਦੇ ਨੇ, ਝੂਠ ਘੱਟ ਬੋਲਦੀਆਂ ਨੇ, ਹੈ ਨਾ। ਸੋ ਹੁਣ ਕੀ ਲੱਗਦਾ ਹੈ ਕਿ ਕਨੂ ਪ੍ਰਿਆ ਨੂੰ ਜਦੋਂ ਤੁਸੀਂ ਵੋਟ ਦਿੱਤੀ ਸੀ ਉਹਦਾ ਮੁੱਲ ਪਵੇਗਾ? ਯੈਸ, ਆਫਕੋਰਸ। ਔਰ ਦੂਸਰਾ ਡਿਫਰੈਂਸ ਇਹ ਵੀ ਹੈ ਕਿ ਬਾਕੀ ਜੋ ਵੀ ਪਾਰਟੀਜ਼ ਹੈ ਯਹਾਂ ਪੇ ਉਨਕਾ ਸਬਕਾ ਪੋਲੀਟੀਕਲ ਬੈਕਗ੍ਰਾਊਂਡ ਕੁਛ ਨਾ ਕੁਛ ਹੈ, ਉਨਕੋ ਬਥੇਰੇ ਫੰਡਸ ਆਤੇ ਹੈ। ਐਸ ਐਫ ਐਸ ਪਾਰਟੀ ਕਾ ਮੇਨ ਯੇ ਥਾ ਕਿ ਉਨ੍ਹੋਂਨੇ ਜ਼ਿਆਦਾ ਪ੍ਰਮੋਸ਼ਨ ਉਨ੍ਹੋਂਨੇ ਇਤਨਾ ਵੀ ਨਹੀਂ ਕਿਹਾ ਥਾ, ਤੋ ਯੇ ਉਨਕੀ ਇੱਕ ਆਈਡੀਓਲੋਜੀ ਹੈ, ਵੋ ਭਗਤ ਸਿੰਘ ਕੋ, ਭਗਤ ਸਿੰਘ ਕੀ ਉਨਕੀ ਇੱਕ ਆਈਡੀਓਲੋਜੀ ਹੈ। ਔਰ ਜਿਤਨੇ ਵੀ ਯਹਾਂ ਪੇ ਸਭ ਹੈ, ਇਨ੍ਹੋਂਨੇ ਇਸ ਬਾਰ ਪੀ ਯੂਨੀਵਰਸਿਟੀ ਨੇ ਸਭੀ ਸਟੂਡੈਂਟਸ ਨੇ ਇਹ ਪਰੂਫ ਕਰਕੇ ਦਿਖਾਇਆ ਕਿ ਵੋ ਵੀ ਕੁਛ ਸੋਚ ਸਮਝ ਕੇ ਹੀ ਵੋਟਸ ਕਰਤੇ ਹੈ, ਵੋ ਸਿਰਫ ਲਾਲਚ ਕੇ ਲੀਏ ਕਿ ਹਮ ਆਪ ਲਾਲਚ ਕੇ ਲੀਏ ਵੋਟਸ ਨਹੀਂ ਕਰਤੇ ਹੈ ਕਿ ਗੱਲਾਂ ਕਰਕੇ ਸੱਤਾ ਦੇ ਵਿੱਚ ਆਈ ਹੈ ਐਸ ਐਫ ਐਸ, ਉਹ ਜ਼ਮੀਨੀ ਹਕੀਕਤ ਜਿਹੜੀ ਹੈ ਉਹਦੇ ਨਾਲ ਮੇਲ ਖਾਂਦੀ ਹੋਵੇਗੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਲੱਗਦਾ ਹੈ ਕਿ ਐਸ ਐਫ ਐਸ ਨੇ ਜੋ ਨਾਅਰੇ ਲਗਾਏ ਉਸ ਤੋਂ ਬਾਅਦ ਵਿਦਿਆਰਥੀਆਂ ਨੂੰ ਉਹਨਾਂ ਨੂੰ ਸਮਰਥਨ ਦਿੱਤਾ, ਸੱਤਾ ਦੇ ਵਿੱਚ ਆ ਗਏ, ਤਾਂ ਕੀ ਉਮੀਦਾਂ ਨੇ ਹੁਣ ਤੁਹਾਡੀਆਂ ਐਸ ਐਫ ਐਸ ਤੋਂ? ਸਭ ਤੋਂ ਪਹਿਲਾਂ ਤੁਹਾਡੇ ਮਾਧਿਅਮ ਨਾਲ ਮੈਂ ਜੋ ਕਨੂ ਪ੍ਰਿਆ ਬਣੇ ਨੇ ਫਸਟ ਐਸ ਐਫ ਐਸ ਜੋ ਇੱਕ ਫੀਮੇਲ ਪ੍ਰੈਜ਼ੀਡੈਂਟ ਬਣੀ ਹੈ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਵਿੱਚ, ਲਾਹੌਰ ਤੋਂ ਲੈ ਕੇ ਹੁਣ ਤੱਕ ਦਾ ਯੂਨੀਵਰਸਿਟੀ ਦੇ ਸਫ਼ਰ ਵਿੱਚ ਪਹਿਲੀ ਜੋ ਕੁੜੀ ਪ੍ਰੈਜ਼ੀਡੈਂਟ ਬਣੀ ਹੈ। ਸਭ ਤੋਂ ਪਹਿਲਾਂ ਉਹਨਾਂ ਦੀ ਪਾਰਟੀ ਅਤੇ ਕਨੂ ਪ੍ਰਿਆ ਨੂੰ ਮੈਂ ਆਪਣੇ ਵੱਲੋਂ ਵਧਾਈ ਦੇਣਾ। ਅਤੇ ਦੂਸਰੀ ਗੱਲ, ਕਾਫ਼ੀ ਇਹਨਾਂ ਨੇ ਪਿਛਲੇ ਕਈ ਸਾਲਾਂ ਤੋਂ ਜ਼ੋਰ ਲਾ ਰਹੇ ਨੇ ਵੀ ਆਪਣੇ ਜੋ ਪਿੱਚ ਆਪਣੇ ਇੱਕ ਗਰਾਊਂਡ ਲੈਵਲ ਦੇ ਬਾਰੇ, ਕਿਉਂਕਿ ਇਸ ਤੋਂ ਪਹਿਲਾਂ ਉਹ ਨਾ ਹੀ ਕਿਸੇ ਪੋਸਟ 'ਤੇ ਕੰਟੈਸਟ ਕੀਤਾ ਅਤੇ ਨਾ ਹੀ ਕੋਈ ਜਿੱਤ ਪ੍ਰਾਪਤ ਹੋਈ, ਬਟ ਫਿਰ ਵੀ ਉਹ ਚਾਹੇ ਫੀਸ ਦੇ ਜਿਹੜੀ ਹੈਗੇ ਆ, ਚਾਹੇ ਹੋਰ ਜ਼ਮੀਨ ਹਕੀਕਤਾਂ ਨੇ, ਸਟੂਡੈਂਟਸ ਨੂੰ ਜੋ ਮੁਸ਼ਕਲ ਆਉਂਦੀਆਂ ਨੇ ਉਹਨਾਂ ਬਾਰੇ ਉਹ ਲੜਦੇ ਆ ਰਹੇ ਨੇ, ਬਟ ਹੁਣ ਸਾਰੇ ਵਿਦਿਆਰਥੀਆਂ ਨੇ, ਇਕੱਲੀ ਐਸ ਐਫ ਐਸ ਨੇ, ਪੂਰੀ ਯੂਨੀਵਰਸਿਟੀ ਦੇ ਵਿਦਿਆਰਥੀ ਨੇ, ਚਾਹੇ ਉਹ ਕਿਸੇ ਪਾਰਟੀ ਨੂੰ ਬਿਲੋਂਗ ਕਰਦੇ ਹੋਣ, ਮੈਂ ਪਹਿਲਾ ਮੈਂਡੇਟ ਐਸ ਐਫ ਐਸ ਦੀ ਜੋ ਪ੍ਰੈਜ਼ੀਡੈਂਟ ਨੂੰ ਦਿੱਤਾ, ਸੋ ਉਹ ਵਧਾਈ ਦੇ ਪਾਤਰ ਨੇ। ਤਾਂ ਦੂਸਰੀ ਗੱਲ, ਜੋ ਐਸ ਐਫ ਐਸ ਦੀ ਇੱਕ ਆਈਡੀਓਲੋਜੀ ਆ, ਠੀਕ ਹੈ, ਉਹਨਾਂ ਦੀ ਇੱਕ ਖੱਬੀ ਪੱਖੀ ਆਈਡੀਓਲੋਜੀ ਆ, ਇਹ ਸਟੂਡੈਂਟ ਜੋ ਇੱਥੇ ਇਕੱਲੇ ਪੰਜਾਬ ਦੇ ਨਹੀਂ ਪੜ੍ਹਦੇ, ਹਰਿਆਣਾ, ਹਿਮਾਚਲ, ਚੰਡੀਗੜ੍ਹ ਦੇ, ਦਿੱਲੀ ਤੋਂ, ਹੋਰ ਕਿਸੇ ਆਪਣੇ ਪ੍ਰਾਂਤਾਂ ਤੋਂ ਪੜ੍ਹਦੇ ਨੇ, ਕੋਈ ਮਿਕਸ ਆ ਇੱਥੇ, ਇੱਕੋ ਜੋ ਕਿ ਇੱਥੇ ਜੇ ਐਨ ਜੀ ਵਾਲਾ ਮਾਹੌਲ ਨਹੀਂ ਹੈਗਾ, ਇੱਥੇ ਅਲੱਗ ਅਲੱਗ ਸਟੂਡੈਂਟ, ਅਲੱਗ ਅਲੱਗ ਸਟੂਡੈਂਟ ਪਾਰਟੀਜ਼ ਨੇ। ਸੋ ਮੈਂ ਐਸ ਐਫ ਐਸ ਤੋਂ ਇੱਕ ਉਮੀਦ ਕਰਦਾ, ਜੋ ਇਹਨਾਂ ਨੇ ਆਪਣੇ ਜੋ ਮੈਨੀਫੈਸਟੋ 'ਚ ਲਿਖੇ ਵਾਅਦੇ ਕੀਤੇ ਨੇ ਜਾਂ ਸਟੂਡੈਂਟਸ ਨੂੰ ਹੋਸਟਲ ਦਾ, ਅਸੀਂ ਉਮੀਦ ਕਰਦੇ ਹਾਂ ਵੀ ਜੋ ਇਹਨਾਂ ਦੀ ਪਾਰੀ ਹੋਈ ਇੱਕ ਸਾਲ ਦੀ ਬਹੁਤ ਵਧੀਆ ਹੋਊਗੀ। ਅਤੇ ਦੂਸਰੀ ਗੱਲ, ਇਹਨਾਂ ਤੋਂ ਅਸੀਂ ਅਪੀਲ ਵੀ ਕਰਦੇ ਹਾਂ ਵੀ ਜੋ ਪਿਛਲੇ ਸਮੇਂ ਵਿੱਚ ਇਹਨਾਂ ਨੇ ਕਿਹਾ ਸੀ ਵੀ ਅਸੀਂ ਇਹ ਕਲਚਰ ਐਕਟੀਵਿਟੀ ਜਾਂ ਹੋਰ ਜੋ ਸਟੂਡੈਂਟਸ ਦੀ ਉਹ ਪਲੀਜ਼, ਮੈਂ ਤੁਹਾਡੇ ਮਾਧਿਅਮ ਨਾਲ ਇਹਨਾਂ ਨੂੰ ਇੱਕ ਅਪੀਲ ਕਰਦਾ ਕਿ ਉਹ ਬੰਦ ਨਾ ਕਰਨ, ਇੱਕ ਸਟੂਡੈਂਟ ਲਾਈਫ ਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਕਲਚਰ ਐਕਟੀਵਿਟੀਜ਼ ਦਾ, ਬਾਕੀ ਹੋਰ ਜੋ ਸਪੋਰਟਸ ਮੀਟਸ ਨੇ, ਬਾਕੀ ਜੋ ਅਲੱਗ ਅਲੱਗ ਡਿਪਾਰਟਮੈਂਟਸ ਮੀਟਸ, ਜਿਵੇਂ ਕਿ ਲਾਅ ਡਿਪਾਰਟਮੈਂਟ 'ਚ ਲਾਅ ਦਾ ਉਹ ਫੈਸਟ ਚੱਲਦਾ ਹੁੰਦਾ, ਬਾਕੀ ਹੋਰ ਡਿਪਾਰਟਮੈਂਟ ਤੋਂ ਜੋ ਵਿਮਰਸ਼ ਆ, ਚਨਕਾਰ ਹੈ, ਇਹ ਚੀਜ਼ਾਂ ਚੱਲਦੀਆਂ ਰਹਿਣ, ਬਾਕੀ ਜਿਹੜੀ ਤੁਹਾਡੀ ਆਪਣੀ ਆਈਡੀਓਲੋਜੀ ਆ ਉਹਦੇ 'ਤੇ ਤੁਸੀਂ ਆਪਣੇ ਕਰਦੇ ਰਹੋ ਕੰਮ, ਆਪਣਾ ਸਟੂਡੈਂਟ ਜੋ ਕੌਂਸਲ ਆ ਉਹਦੇ ਅਕੋਰਡਿੰਗ ਚਲਾਉਂਦੇ ਰਹੋ, ਸਾਨੂੰ ਇਹਦੇ ਵਿੱਚ ਕੋਈ ਇਤਰਾਜ਼ ਨਹੀਂ, ਸਟੂਡੈਂਟ ਨਵੇਂ ਦੇ ਨਾਲ ਲਾ ਕੇ ਪੁਰਾਣੀਆਂ ਚੀਜ਼ਾਂ ਨੂੰ ਖਤਮ ਨਾ ਕੀਤਾ ਜਾਵੇ। ਹਾਂਜੀ ਹਾਂਜੀ ਬਿਲਕੁਲ, ਅਤੇ ਬਾਕੀ ਅਥਾਰਟੀ ਜੋ ਹੈ, ਕਿਉਂਕਿ ਪਿਛਲੇ ਇਹਨਾਂ ਦਾ ਤੁਸੀਂ ਸਾਰੇ ਅਸੀਂ ਸਾਰੇ ਸਟੂਡੈਂਟ ਜਾਣੂਗਾ ਵੀ ਇਹਨਾਂ ਦਾ ਅਥਾਰਟੀ ਨਾਲ ਜਿਹੜਾ ਅੰਕੜਾ ਥੋੜ੍ਹਾ ਠੀਕ ਨਹੀਂ ਰਿਹਾ, ਕਿਉਂਕਿ ਥੋੜ੍ਹੇ ਜ਼ਿਆਦਾ ਅਗਰੈਸਿਵ ਹੋ ਜਾਂਦੇ ਨੇ ਐਸ ਐਫ ਐਸ ਵਾਲੇ। ਸੋ ਇਸ ਵਾਰ ਤੁਹਾਨੂੰ ਪਰਮਾਤਮਾ ਨੇ ਇੱਕ ਬਖਸ਼ਿਸ਼, ਸਟੂਡੈਂਟਸ ਨੇ, ਪੂਰੀ ਯੂਨੀਵਰਸਿਟੀ ਰਲ ਕੇ ਤੁਹਾਨੂੰ ਇੱਕ ਬਹੁਤ ਵੱਡਾ ਇੱਕ ਜੋ ਮਤ ਦਿੱਤੇ ਨੇ, ਤੁਸੀਂ ਪ੍ਰੈਜ਼ੀਡੈਂਟ ਦੀ ਕੁਰਸੀ ਦੇ ਕਾਬਜ਼ ਹੋਏ ਹੋ। ਸੋ ਮੇਰੀ ਇੱਕ ਅਪੀਲ ਆ, ਅਤੇ ਸਾਡੇ ਸਾਰੇ ਸਟੂਡੈਂਟਸ ਵੱਲੋਂ ਅਸੀਂ ਇਹ ਵੀ ਗੱਲਾਂ ਕਰਦੇ ਵੀ ਅਥਾਰਟੀ ਜੋ ਮੇਨ ਆ, ਇੱਥੇ ਸਟੂਡੈਂਟ ਕੌਂਸਲ ਮੇਨ, ਅਥਾਰਟੀ ਨਾਲ ਮਿਲ ਕੇ ਹੀ ਅਸੀਂ ਜੋ ਸਟੂਡੈਂਟਸ ਦੀ ਮੁਸ਼ਕਿਲਾਂ ਨੂੰ ਅਸੀਂ ਹੱਲ ਕਰ ਸਕਦੇ ਹਾਂ, ਕਿਉਂਕਿ ਅਥਾਰਟੀ ਨਾਲ ਇਹਨਾਂ ਦਾ 36 ਦਾ ਅੰਕੜਾ ਰਿਹਾ। ਸੋ ਇਹਨਾਂ ਨੂੰ ਅਪੀਲ ਕਰਦੇ ਵੀ ਅਥਾਰਟੀ ਨਾਲ ਮਿਲ ਕੇ, ਕਿਉਂਕਿ ਇੱਕ ਵਾਰ ਅਥਾਰਟੀ ਨਾਲ ਕਲੇਸ਼ ਪੈ ਜੇ ਤਾਂ ਨੁਕਸਾਨ ਸਟੂਡੈਂਟਸ ਦਾ ਹੁੰਦਾ। ਸੋ ਅਥਾਰਟੀ ਨਾਲ ਮਿਲ ਕੇ ਚੱਲਣ, ਕਿਉਂਕਿ ਸਟੂਡੈਂਟਸ ਦਾ ਕੋਈ ਇੱਕ ਸਾਲ ਦਾ ਨਹੀਂ, ਸਿਰਫ 6 ਤੋਂ 7 ਮਹੀਨਿਆਂ ਦਾ ਟਰਮ ਹੁੰਦੀ ਆ, ਸੈਪਟੰਬਰ ਤੋਂ ਲੈ ਕੇ ਤੁਹਾਨੂੰ ਅਪ੍ਰੈਲ ਜਾਂ ਮਈ ਦੇ ਵਿੱਚ ਤੁਹਾਡੀ ਕੌਂਸਲ ਖਤਮ ਭੰਗ ਕਰ ਦਿੰਦੇ ਨੇ। ਸੋ ਇੱਕ ਛੋਟੇ ਅੰਤਰਾਲ ਦੇ ਵਿੱਚ ਵੱਧ ਤੋਂ ਵੱਧ ਅਸੀਂ ਆਸ਼ਾ ਕਰਦੇ ਵੀ ਤੁਸੀਂ ਆਪਣੇ ਜੋ ਮੈਨੀਫੈਸਟੋ ਦੇ ਵਿੱਚ ਕੰਮ ਨੇ, ਚਾਹੇ ਯੂਨੀਵਰਸਿਟੀ ਰਿਗਾਰਡਿੰਗ ਜਾਂ ਸਟੂਡੈਂਟ ਦੇ ਹਿੱਤਾਂ ਲਈ ਜੋ ਵੀ ਤੁਸੀਂ
ਪ੍ਰੋਬਲਮ ਆਉਂਦੀ ਉਹਦੇ ਲਈ ਲਿਖਿਆ ਅਤੇ ਛੋਟੇ ਸਮੇਂ ਦੇ ਟੈਨਿਓਰ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਕੰਮ ਕਰੋ, ਸਾਰੇ ਸਟੂਡੈਂਟਸ ਇਹੀ ਤੁਹਾਡੇ ਤੋਂ ਆਸ਼ਾ ਕਰਦੇ। ਬਿਲਕੁਲ ਅਸੀਂ ਸੋਚਦੇ ਹਾਂ ਕਿ ਜਦੋਂ ਅਸੀਂ ਇਕੱਲੇ ਚੱਲ ਪਾਵਾਂਗੇ ਤਾਂ ਇਹ ਕਦੇ ਵੀ ਜਿਹੜਾ ਮੁਮਕਿਨ ਨਹੀਂ ਹੁੰਦਾ। ਜਿੰਨੇ ਵੀ ਜਿਹੜੇ ਸਾਡੇ ਅਦਾਰੇ ਹੁੰਦੇ ਨੇ, ਜੇਕਰ ਉਹਨਾਂ ਦੇ ਜਿਹੜੇ ਚਾਹੇ ਉਹ ਸਟਾਫ ਹੋਵੇ ਜਾਂ ਫਿਰ ਅਥੋਰਿਟੀ ਹੋਵੇ, ਉਹਨੂੰ ਨਾਲ ਜਦੋਂ ਲੈ ਕੇ ਚੱਲਦੇ ਹਾਂ ਤਾਂ ਕੰਮ ਜਿਹੜੇ ਨੇ ਉਹ ਹੋਰ ਸੁਖਾਲੇ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਬਿਲਕੁਲ ਜੀ, ਇਹ ਆਸ਼ਾ ਕਰਦੇ ਨੇ ਸਾਰੇ ਵਿਦਿਆਰਥੀ ਕਿ ਇਹ ਜਿਹੜੇ SFS ਨੇ ਉਹ ਵੀ ਜਿਹੜੀ ਉਹਨਾਂ ਦੀ ਅਥੋਰਿਟੀ ਦੇ ਨਾਲ ਮੋਢੇ ਦੇ ਨਾਲ ਮੋਢਾ ਮਿਲਾ ਕੇ ਚੱਲਣਗੇ, ਨਾ ਕਿ ਜਿਹੜਾ ਇਹ ਉਹ ਦੋਨੋਂ ਹੀ ਜਿਹੜੀਆਂ ਆਪਸ ਦੇ ਵਿੱਚ ਵੱਖ ਵੱਖ ਹੋ ਕੇ ਚੱਲਣਗੇ। ਕੀ ਨਾਮ ਹੈ? ਲਲਿਤ ਜੀ, ਡਿਪਾਰਟਮੈਂਟ ਆਫ ਸੋਸ਼ੋਲੋਜੀ ਤੋਂ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਨਵੀਂ ਇਲੈਕਟ ਹੋਈ ਪ੍ਰੈਜ਼ੀਡੈਂਟ ਨੂੰ ਵਧਾਈ ਦੇਣਾ। ਵੀ ਮੈਨੂੰ ਲੱਗਦਾ ਵੀ ਇਹ ਜਿਹੜੀ PU ਦੇ ਵਿੱਚ ਆ, ਫਸਟ ਟਾਈਮ ਹਿਸਟਰੀ ਕ੍ਰੀਏਟ ਹੋਈ ਹੈ ਵੀ PU ਦੇ ਵਿੱਚ ਮਤਲਬ ਕਿ ਜਿਹੜੀ ਮਹਿਲਾ ਪ੍ਰੈਜ਼ੀਡੈਂਟ ਜਿੱਤੀ ਹੋਵੇ, ਅਤੇ ਨਾਲ ਦੀ ਨਾਲ ਹੀ ਆਪਾਂ ਕਹਿ ਸਕਦੇ ਵੀ ਖੱਬੇ ਪੱਤੀ ਜਿਹੜੀ ਪਾਰਟੀ ਹੈ ਉਸ ਨੂੰ ਪਹਿਲੀ ਵਾਰੀ ਮੌਕਾ ਮਿਲਿਆ PU ਦੇ ਵਿੱਚ ਜਿੱਤਣ ਦੇ ਲਈ। ਆਪਾਂ ਦੇਖੀਏ ਅੱਜ ਤੱਕ ਰਵਾਇਤੀ ਪਾਰਟੀਆਂ ਜਿਹੜੀਆਂ ਸੀਗੀਆਂ ਉਹੀ ਸੱਤਾ ਦੇ ਵਿੱਚ ਆਉਂਦੀਆਂ ਨੇ। ਹਾਂਜੀ। ਦੂਸਰਾ ਆਪਾਂ ਜੇ ਕਹੀਏ ਪੈਟਰੀਆਰਕੀ ਇੱਥੇ ਟੁੱਟੀ ਹੈ ਪਹਿਲੀ ਵਾਰੀ, ਮਤਲਬ ਕਿ ਇਹ ਵੀ ਬਹੁਤ ਵੱਡਾ ਮਤਲਬ ਕਿ ਆਪਾਂ ਕਹਿ ਸਕਦੇ ਰੋਲ ਰਿਹਾ ਵੈ ਵੀ ਵੂਮਨ ਕੈਂਡੀਡੇਟ ਨੂੰ ਮੌਕਾ ਮਿਲਿਆ ਔਰ ਪੈਟਰੀਆਰਕੀ ਟੁੱਟੀ ਇੱਥੇ, ਵੀ ਬਹੁਤ ਵਧੀਆ ਗੱਲ ਹੈ। ਦੂਸਰਾ ਮੈਂ ਕਹਿਣਾ ਚਾਹੂੰਗਾ ਜੋ SFS ਨੇ ਆਪਣੀ ਮੈਨੀਫੈਸਟੋ ਦੇ ਵਿੱਚ ਗੱਲਾਂ ਲਿਖੀਆਂ ਨੇ ਵੀ ਉਹ ਵੱਧ ਤੋਂ ਵੱਧ ਉਹਦੇ ਉੱਪਰ ਕੰਮ ਕਰਨ ਨੇ। ਦੂਸਰਾ SFS ਗੱਲ ਕਰਦੀ ਹੈ ਵੂਮਨ ਇੰਪਾਵਰਮੈਂਟ ਦੇ ਉੱਪਰ ਗੱਲ ਕਰਦੀ ਹੈ ਵੀ ਗਰਲਸ ਦੇ ਹੋਸਟਲ ਦੇ ਟਾਈਮ ਇਨਕਰੀਜ਼ ਕਰਨ ਬਾਰੇ ਗੱਲ ਕਰਦੀ ਹੈ। ਮੈਂ ਚਾਹੁੰਦਾ ਅਗਰ ਉਹ ਉਹਦੇ ਉੱਪਰ ਗੱਲ ਕਰਦੀ ਤਾਂ ਆਪਾਂ ਉਹਨੂੰ ਗੱਲ ਕਰਨ ਦੇ ਨਾਲ ਨਾਲ ਗਰਾਊਂਡ ਰਿਐਲਿਟੀ ਉੱਪਰ ਵੀ ਆਪਾਂ ਨੂੰ ਕੰਮ ਕਰਨਾ ਪਏਗਾ। ਸਿਰਫ ਗੱਲਾਂ ਦਾਅਵੇ ਨਾ ਰਹਿਣ, ਉਹ ਦਾਅਵਿਆਂ ਨੂੰ ਜ਼ਮੀਨੀ ਹਕੀਕਤ ਤੇ ਪੁਖਤਾ ਵੀ ਕੀਤਾ ਜਾਵੇ। ਜਿਸ ਤਰ੍ਹਾਂ SFS ਗੱਲ ਕਰਦੀ ਹੈ ਵੀ ਕੁੜੀਆਂ ਦਾ ਜਿਹੜਾ ਹੋਸਟਲ ਟਾਈਮ ਹੈ 24x7 ਹੋਣਾ ਚਾਹੀਦਾ, ਬਟ ਮੈਨੂੰ ਲੱਗਦਾ ਉਹ ਇਕੱਲੀਆਂ ਗੱਲਾਂ ਮਾਰਨ ਦੇ ਨਾਲ ਉਹ ਨਹੀਂ ਹੋਏਗਾ। ਉਹਦੇ ਲਈ ਆਪਾਂ ਨੂੰ ਬਹੁਤ ਸਾਰੇ ਮੈਜ਼ਰ ਨਾਲ ਚੱਕਣੇ ਪੈਣਗੇ। ਜੇ ਆਪਾਂ ਗੱਲ ਕਰੀਏ ਗਰਲਸ ਹੋਸਟਲ ਦੀ 24x7 ਦੀ, ਤਾਂ ਮੈਨੂੰ ਲੱਗਦਾ ਆਪਾਂ ਨੂੰ ਚਾਹੀਦਾ ਵੀ ਇੱਥੇ ਈ-ਰਿਕਸ਼ਾ ਪਹਿਲੇ ਗੱਲ ਤਾਂ ਆਪਾਂ ਵਧਾਈਏ ਵੀ ਜਿਹੜੀ ਬੱਚੇ ਰਾਤ ਨੂੰ ਲਾਇਬ੍ਰੇਰੀ ਵਿੱਚ ਪੜ੍ਹਨ ਆਉਂਦੇ ਨੇ, ਰਾਤੀ 1 ਵਜੇ 2 ਵਜੇ ਜਾਂ ਕਿਸੇ ਨੇ 3 ਵਜੇ ਲੜਕੀ ਨੇ ਜਾਣਾ, ਉਹਨੂੰ ਇਕੱਲੇ ਜਾਣ ਤੋਂ ਡਰ ਲੱਗਦਾ। ਸੇਫਟੀ ਬਹੁਤ ਵੱਡਾ ਇਸ਼ੂ ਹੈ। ਸੇਫਟੀ ਸਭ ਤੋਂ ਵੱਡਾ ਇਸ਼ੂ ਹੈ ਵੀ ਸਿਰਫ ਆਪਾਂ ਹਵਾ 'ਚ ਤੀਰ ਚਲਾਉਣ ਵਾਲੀ ਗੱਲ ਨਹੀਂ ਕਰ ਸਕਦੇ। ਨਾਲ ਆਪਾਂ ਨੂੰ ਇੱਕ ਤਾਂ ਈ ਰਿਕਸ਼ਾ ਵਧਾਉਣੇ ਪੈਣਗੇ, ਜੇ ਪੋਸੀਬਲ ਹੋਵੇ ਤਾਂ ਇਹਨਾਂ ਨੂੰ ਚਾਹੀਦਾ ਨਾਈਟ ਸ਼ਿਫਟ, ਜਿਵੇਂ ਘੰਟੇ ਘੰਟੇ ਬਾਅਦ ਕੋਈ ਬੱਸ ਚਲਾਉਣੀ, ਅੱਧੇ ਅੱਧੇ ਘੰਟੇ ਬਾਅਦ ਕੋਈ ਯੂਨੀਵਰਸਿਟੀ ਬੱਸ ਚਲਾਵੇ, ਵੀ ਗਰਲਸ ਦੇ ਲਈ ਸੇਫਟੀ ਮੈਜ਼ਰ ਹੋਣ। ਅਤੇ ਨਾਲ ਦੇ ਨਾਲ ਹੀ ਮੈਨੂੰ ਲੱਗਦਾ ਵੀ ਜੇ ਆਪਾਂ 24x7 ਦੀ ਗੱਲ ਕਰੀਏ ਤਾਂ ਆਪਾਂ ਨੂੰ ਉਹਨੇ ਸੇਫਟੀ ਮੈਜ਼ਰ ਵੀ ਚੱਕਣੇ ਪੈਣਗੇ ਵੀ ਕੱਲ੍ਹ ਨੂੰ ਇਹ ਨਾ ਹੋਵੇ ਵੀ ਆਪਾਂ ਇਹ ਵਾਅਦੇ ਦਾ ਕਰੀਏ, ਕੱਲ੍ਹ ਨੂੰ ਕਿਸੇ ਆਪਣੀ ਧੀ ਭੈਣ ਦੇ ਨਾਲ ਉੱਦਾਂ ਦਾ ਹੋਏ ਅਤੇ ਆਪਾਂ ਨੂੰ ਬਾਅਦ ਵਿੱਚ ਪਛਤਾਉਣਾ ਪਵੇ। ਵੀ ਜੋ ਵੀ ਉਹਨਾਂ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਕੀ ਕਹਿੰਦੇ ਵਾਅਦੇ ਕੀਤੇ, ਮੈਂ ਉਮੀਦ ਕਰਦਾ ਵੀ ਉਹ ਸਾਰੇ ਪੂਰੇ ਕਰਨ ਔਰ ਅੱਗੇ ਹੋਰ ਵੱਧ ਚੜ ਕੇ ਮਤਲਬ ਕਿ ਹਿੱਸਾ ਲੈਣ। ਵੀ ਕੱਲ੍ਹ ਵੀ ਅਸੀਂ ਜਦੋਂ ਜਿੱਤੇ, ਅਸੀਂ ਇੱਥੇ ਸਟੂਡੈਂਟ ਸੈਂਟਰ 'ਤੇ ਹੀ ਸੀਗੇ, ਇਹਨਾਂ ਦੇ ਮਤਲਬ ਕਿ ਜੋ ਮੇਨ ਲੀਡਰ ਆ ਬੋਲ ਰਹੇ ਸੀ ਕਿ ਵੀ ਅਸੀਂ ਜਿਹੜਾ ਮਤਲਬ ਕਿ ਇੱਥੇ ਫੈਸਟ ਹੁੰਦੇ ਨੇ ਝਨਕਾਰ ਵਗੈਰਾ, ਵੀ ਉਸ ਤੋਂ ਇਲਾਵਾ ਅਸੀਂ ਇੱਦਾਂ ਦਾ ਫੈਸਟ ਲੈ ਕੇ ਆਵਾਂਗੇ ਵੀ ਆਪਣੇ ਇੱਥੇ ਵੀ, ਮੈਂ 1-2 ਸਟੇਟ ਦੇ ਸਟੂਡੈਂਟ ਨਹੀਂ ਪੜ੍ਹਦੇ ਹੈਗੇ, ਮੈਨੂੰ ਲੱਗਦਾ ਆਲ ਓਵਰ ਇੰਡੀਆ ਤੋਂ ਹੀ ਸਟੂਡੈਂਟ ਪੜ੍ਹਦੇ ਨੇ। ਉਹਨਾਂ ਨੇ ਇਹ ਗੱਲ ਰੱਖੀ ਹੈ ਵੀ ਅਸੀਂ ਜਿਹੜੇ ਪੂਰੀ ਕੰਟਰੀ ਦੇ ਸਟੂਡੈਂਟ ਪੜ੍ਹਦੇ, ਉਹਨਾਂ ਦੇ ਕਲਚਰ ਨੂੰ ਮਤਲਬ ਕਿ ਉੱਥੋਂ ਦੇ ਬੱਚੇ ਲੱਭ ਕੇ ਵੀ ਇਸ ਤਰ੍ਹਾਂ ਦਾ ਫੈਸਟ ਔਰਗਨਾਈਜ਼ ਕਰਾਵਾਂਗੇ ਵੀ ਉਹ ਆਪਣੇ ਕਲਚਰ ਨੂੰ ਰਿਪ੍ਰਜੈਂਟ ਕਰਨ। ਵੀ ਜਿਵੇਂ ਲੱਦਾਖ ਤੋਂ ਵੀ ਬੱਚੇ ਪੜ੍ਹਦੇ, ਆਪਣੇ ਕੋਲ ਹਰਿਆਣਾ, ਪੰਜਾਬ, ਦਿੱਲੀ, UP, ਬਿਹਾਰ, ਮੈਨੂੰ ਲੱਗਦਾ ਵੀ ਸਾਰੀਆਂ ਆਲਮੋਸਟ ਸਾਰੀ ਸਟੇਟ ਤੋਂ ਹੀ ਇੱਥੇ ਬੱਚੇ ਪੜ੍ਹਦੇ ਨੇ। ਅਤੇ ਉਹ ਕਹਿੰਦੇ ਵੀ ਅਸੀਂ ਇਸ ਤਰ੍ਹਾਂ ਦਾ ਫੈਸਟ ਔਰਗਨਾਈਜ਼ ਕਰਾਂਗੇ ਵੀ ਜਿਹਦੇ ਵਿੱਚ ਸਾਰੇ ਅਸੀਂ ਰਿਪ੍ਰਜੈਂਟ ਕਰਾ ਪਾਈਏ। ਬਿਲਕੁਲ ਯਾਰ, ਤੁਸੀਂ ਵੀ ਇਹੀ ਕਹਿਣਾ ਚਾਹੁੰਦੇ ਹੋ ਕਿ ਨਵੀਆਂ ਚੀਜ਼ਾਂ ਬੇਸ਼ੱਕ ਲੈ ਕੇ ਆਓ ਪਰ ਪੁਰਾਣੀਆਂ ਨੂੰ ਜਿਹੜਾ ਉਹ ਬੰਦ ਨਾ ਕੀਤਾ ਜਾਵੇ। ਤਾਂ ਬਿਲਕੁਲ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ, ਸਿਰਫ ਇੱਥੇ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਦੇ ਵਿੱਚ ਨਹੀਂ ਬਲਕਿ ਲਾਹੌਰ ਯੂਨੀਵਰਸਿਟੀ ਦੀ ਜੇਕਰ ਗੱਲ ਕਰੀਏ ਉੱਥੇ ਵੀ ਅੱਜ ਤੱਕ ਜਿਹੜਾ ਕੋਈ ਫੀਮੇਲ ਪ੍ਰੈਜ਼ੀਡੈਂਟ ਜਿਹੜੀ ਨਹੀਂ ਬਣੀ ਹੈ ਤਾਂ ਪਹਿਲੀ ਵਾਰ ਹੋਇਆ ਹੈ, ਇੱਥੇ ਇਤਿਹਾਸ ਇੱਕ ਸਿਰਜਿਆ ਗਿਆ ਹੈ। ਸੋ ਕਨੂਪ੍ਰੀਆ ਦੇ ਕੋਲੋਂ ਉਮੀਦਾਂ ਕੀ ਨੇ? ਜਿੱਥੇ ਵਧਾਈਆਂ ਦੇ ਰਹੇ ਨੇ ਉੱਥੇ ਹੀ ਅਪੀਲ ਵੀ ਜਿਹੜੀ ਇਹਨਾਂ ਨੌਜਵਾਨਾਂ ਨੇ ਕੀਤੀ ਹੈ ਕਿ ਇੱਕ ਤਾਂ ਜਿਹੜੇ ਵਾਅਦੇ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਅਤੇ ਦੂਜਾ ਅਥਾਰਿਟੀ ਦੇ ਨਾਲ ਮਿਲ ਕੇ ਚੱਲਿਆ ਜਾਵੇ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਸ਼ਮਸ਼ੇਰ ਸਿੰਘ ਹਾਂ ਜੀ, ਮੈਂ ਰਿਸਰਚ ਸਕੋਲਰ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੋਸ਼ੋਲੋਜੀ ਡਿਪਾਰਟਮੈਂਟ ਤੋਂ। ਮੈਂ ਕਹਿਣਾ ਸਭ ਤੋਂ ਪਹਿਲੇ ਤਾਂ ਮੈਂ ਕਨੂਪ੍ਰੀਆ ਨੂੰ ਅਤੇ ਉਹਨਾਂ ਦੀ ਪੂਰੀ ਪਾਰਟੀ ਨੂੰ ਵਧਾਈ ਦੇਣਾ ਚਾਹੁੰਦਾ ਕਿ ਦਿਸ ਇਜ਼ ਦਾ ਫਸਟ ਟਾਈਮ ਇਨ ਦਾ ਹਿਸਟਰੀ ਆਫ ਪੰਜਾਬ ਯੂਨੀਵਰਸਿਟੀ ਕਿ ਕੋਈ ਮਹਿਲਾ ਪ੍ਰੈਜ਼ੀਡੈਂਟ ਜਿਹੜੀ ਬਣੀ ਇੱਥੇ। ਠੀਕ ਹੈ ਜੀ, ਪੂਰੇ ਇੰਡੀਆ ਵਿੱਚ ਇਹ ਇੱਕ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇੱਕ ਮਹਿਲਾ ਪ੍ਰੈਜ਼ੀਡੈਂਟ ਜਿਹੜੀ ਵੀ ਪੰਜਾਬ ਯੂਨੀਵਰਸਿਟੀ ਬਣੀ ਹੈ, ਕਿਉਂਕਿ ਯੂਨੀਵਰਸਿਟੀ ਬਹੁਤ ਨਾਮ ਹੈ। ਇਸ ਤੋਂ ਬਾਅਦ ਕਿ ਆਪਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਮੈਂ ਜਨਵਰੀ ਵਿੱਚ ਮੇਰੀ ਜੁਆਇਨਿੰਗ ਹੋਈ ਹੈ PhD ਵਿੱਚ, ਸਿੰਸ ਜਨਵਰੀ ਟੂ ਅਗਸਤ। ਸਿਰਫ SFS ਇੱਕ ਐਸੀ ਪਾਰਟੀ ਸੀ ਜਿਹੜੀ ਉਹ ਐਕਟਿਵ ਪਾਰਟੀ ਸੀ, ਮਤਲਬ ਕੁਛ ਵੀ ਉਹਨਾਂ ਨੇ ਕਲਚਰ ਐਕਟੀਵਿਟੀਜ਼ ਕਰਵਾਈਆਂ ਜਾਂ ਕਿਸੇ ਮੁੱਦੇ ਨੂੰ ਉਠਾ ਕੇ ਲਿਆਂਦਾ। ਫਿਰ ਉਹਨਾਂ ਦੇ ਜੋ ਲੀਡਰ ਹੈਗੇ ਉਹਨਾਂ ਨਾਲ ਵੀ ਆਪਾਂ ਮਿਲੇ, ਉਹਨਾਂ ਨੇ ਇਹੋ ਹੀ ਕਿਹਾ ਕਿ ਆਪਾਂ ਗਰਾਊਂਡ ਲੈਵਲ ਤੋਂ ਕੰਮ ਕਰਨਾ। ਠੀਕ ਹੈ ਜੀ, ਯੂਨੀਵਰਸਿਟੀ ਵਿੱਚ ਬਹੁਤ ਸਾਰੇ ਐਸੇ ਬੇਸਿਕ
वो मुड़ मुड़ के दोबारा दोहराया जाए और दोबारा इतिहास बनया, यानी कि अगे होर कुड़ियां प्रधान बनन। इस करके उम्मीदा ने कि जो जिम्मेवारी इन्होंने कनुप्रिया नूं दित्ती है वह बखूबी कनुप्रिया निभावे, नवे कामों नूं शुरू बेशक जी सदके करन पर पुराने कामों नूं बंद ना किया जाए। सो बेशक कनुप्रिया वालों भी दावा किया जा रहा है पर फिलहाल वो दावियां दी जमीनी हकीकत की है आने वाला समा ही दसेगा। तो असं भी जिहड़ा है वो कनुप्रिया दे कोल उम्मीद करते हैं कि जिहड़े दावियां नूं लैके वो सत्ता दे विच आए ने वो दावे जिहड़े आ वो पूरे करनगे। अज ते पंजाब बोलदा दे विच इन्ना ही, कल फिर हाजिर होवांगे नवें विशे उपर करांगे गलबात। फिलहाल मैनू यानी अमृतवीर दी नूं दिओ इजाजत, सत श्री अकाल।